ਅਮਰਤਾ ਪ੍ਰੀਤਮ ਦਾ ਨਾਵਲ ਰਤਨਾ ਦਾ ਦੂਸਰਾ ਭਾਗ ਸਾਰਾ ਸ਼ਹਿਰ ਸੁੱਤਾ ਪਿਆ ਸੀ ਪਰ ਸ਼ਹਿਰ ਦੇ ਸਿੱਕੇ ਜੇ ਕਮਰੇ ਚ ਇਸ ਧਰਤੀ ਦੇ ਭਿਆਨਕ ਚੇਤੇ ਜਾਗਦੇ ਪਏ ਸਨ ਰਾਜੂ ਰਤਨਾ ਨੂੰ ਦੱਸਦਾ ਰਿਹਾ ਕਿ ਕਿਵੇਂ ਇੱਕ ਦਿਨ ਜਦੋਂ ਉਹ ਤੇ ਉਹਦਾ ਪਿਓ ਆਪਣੇ ਖੇਤਾਂ ਨੂੰ ਪਾਣੀ ਲਾ ਰਹੇ ਸਨ ਤਾਂ ਪੰਨਾ ਡਾਕੂ ਚੜੇ ਘੋੜੇ ਸਵਾਰ ਆਇਆ ਸੀ ਤੇ ਬੰਦੂਕ ਤਾਣ ਕੇ ਬੋਲਿਆ ਸੀ ਪੰਨੇ ਡਾਕੂ ਦੇ ਖਿਲਾਫ ਗਵਾਹੀ ਦੇ ਕੇ ਕੋਈ ਜਿਉਂਦਾ ਨਹੀਂ ਰਹਿ ਸਕਦਾ ਤੇ ਉਹਦਾ ਗੋਲੀ ਚਲਾਉਂਦੇ ਦਾ ਭਿਆਨਕ ਹਾਸਾ ਸਾਰੇ ਖੇਤ ਚ ਕੋਰੇ ਵਾਂਗ ਜੰਮ ਗਿਆ ਸੀ ਖੇਤ ਚ ਰਾਜੂ ਦੇ ਪਿਓ ਦਾ ਲਹੂ ਵੀ ਜੰਮ ਗਿਆ ਸੀ ਤੇ ਕੋਰਾ ਵੀ ਤੇ ਰਾਜੂ ਦੇ ਕੰਨ ਰਤਨਾ ਨੂੰ ਗੱਲ ਸੁਣਾਉਂਦਿਆਂ ਵੀ ਉਹ ਸਵਾਜ਼ ਨਾਲ ਬੜ ਰਏ ਸਨ ਜੋ ਪੰਨੇ ਡਾਕੂ ਨੇ ਜਾਂਦਿਆਂ ਜਾਂਦਿਆਂ ਰਾਜੂ ਦੇ ਕੰਨ ਨੂੰ ਮੋੜ ਕੇ ਆਖੀ ਸੀ हे ਲੜਕੇ ਪਿੰਡ ਵਾਲਿਆਂ ਨੂੰ ਜਾ ਕੇ ਆਖ ਦੇ ਕਿ ਪੰਨਾ ਡਾਕੂ ਦੇ ਖਿਲਾਫ ਬੋਲਣ ਵਾਲੇ ਦਾ ਇਹ ਹਸ਼ਰ ਹੁੰਦਾ ਹੈ ਰਾਜੂ ਤੇ ਰਤਨਾ ਤੂੰ ਵੀ ਚੁੱਪ ਦੇ ਚੁੱਪ ਕਮਰੇ ਦੀ ਜ਼ਮੀਨ ਵਾਲੇ ਇੰਜ ਤੱਕ ਦੇ ਰਹੇ ਜਿਵੇਂ ਅਜੇ ਵੀ ਜ਼ਮੀਨ ਉੱਤੇ ਦੋ ਲਾਸ਼ਾਂ ਪਈਆਂ ਹੋਣ ਇੱਕ ਰस्सੀਆਂ ਨਾਲ ਬੱਜੀ ਹੋਈ ਤੇ ਇੱਕ ਆਪਣੇ ਲਹੂ ਚ ਡੁੱਬੀ ਹੋਈ ਚਿਰ ਪਿੱਛੋਂ ਰਤਨਾ ਨੇ ਪੁੱਛਿਆ ਫਿਰ ਇਸ ਖੂਨ ਦੀ ਗਵਾਹੀ ਕਿਸੇ ਨੇ ਦਿੱਤੀ ਮੈਂ ਦਿੱਤੀ ਹੋਰ ਕਿਹਨੇ ਦੇਣੀ ਸੀ ਰਾਜੂ ਨੇ ਦੱਸਿਆ ਤੇ ਆਖਿਆ ਪਰ ਉਹਦੋਂ ਬਹੁਤ ਛੋਟਾ ਸੀ ਅਜੇ ਨਹੀਂ ਸੀ ਜਾਣਦਾ ਕਿ ਇਹ ਗਵਾਹੀਆਂ ਵੀ ਐਵੇਂ ਮਨਾਂ ਦੀਆਂ ਤਸੱਲੀਆਂ ਹੁੰਦੀਆਂ ਨੇ ਨਾ ਉਸ ਗਵਾਈ ਦਾ ਕੁਝ ਬਣਿਆ ਜਿਹਦੇ ਲਈ ਮੇਰੇ ਪਿਓ ਨੂੰ ਜਾਨ ਦੇਣੀ ਪਈ ਤੇ ਨਾ ਮੇਰੀ ਗਵਾਈ ਦਾ ਤੇ ਰਾਜੂ ਨੇ ਰਤਨਾ ਕੋਲੋਂ ਪਾਣੀ ਦਾ ਗਲਾਸ ਮੰਗਦਿਆਂ ਆਖਿਆ ਰਤਨਾ ਜੇ ਇਨਸਾਫ ਸਿੱਧੀ ਹੱਥੀਂ ਮਿਲਦੇ ਹੁੰਨ ਤਾਂ ਮੈਂ ਪੁੱਠੀ ਹੱਥੀਂ ਨੂੰ ਲੈਣ ਲਈ ਅੱਜ ਇਹ ਕਿਉਂ ਬਣਦਾ ਤੇ ਪਾਣੀ ਨੂੰ ਘੁੱਟ-ਘੁੱਟ ਪੀਂਦਿਆਂ ਰਾਜੂ ਦੱਸਦਾ ਰਿਹਾ ਛੋਟਾ ਸਾਂ ਕੁਝ ਨਹੀਂ ਸੀ ਕਰ ਸਕਦਾ ਸਿਰਫ ਉਦਾਸ ਰਹਿ ਸਕਦਾ ਸੀ ਇੱਕ ਸੱਚ ਨੂੰ ਮੇਰੀ ਅੱਖਾਂ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ ਤੇ ਮੈਂ ਵੇਖਦਾ ਰਿਹਾ ਸੀ ਤੇ ਮਨ ਦੀ ਬੜੀ ਭਿਆਨਕ ਹਾਲਤ ਸੀ ਰਤਨਾ ਤੈਨੂੰ ਯਾਦ ਹੈ ਨਾ ਸਾਡੇ ਹਾਨ ਦਾ ਇੱਕ ਗੋਬਿੰਦ ਹੁੰਦਾ ਸੀ ਉਹ ਜਿਹੜਾ ਬੰਸਰੀ ਵਜਾਉਂਦਾ ਹੁੰਦਾ ਸੀ ਬਸ ਉਹ ਜੋ ਮੇਰੇ ਕੋਲ ਆ ਬਹਿੰਦਾ ਸੀ ਪੁੱਛਦਾ ਹੁੰਦਾ ਸੀ ਕਿ ਆਖਰ ਮੈਂ ਕੀ ਕਰਨਾ ਚਾਹੁੰਦਾ ਤੇ ਮੈਂ ਛੋਟਾ ਜਿਹਾ ਵੀ ਆਖਦਾ ਹੁੰਦਾ ਸੀ ਬਸ ਇੱਕ ਬੰਦੂਕ ਲੈ ਕੇ ਇੱਕ ਝੂਠ ਨੂੰ ਗੋਲੀ ਮਾਰਨਾ ਚਾਹੁੰਦਾ ਤੇ ਰਾਜੂ ਨੇ ਰਤਨਾ ਨੂੰ ਦੱਸਿਆ ਫਿਰ ਉਹ ਜੋ ਗੋਬਿੰਦ ਮੇਰਾ ਸਾਥੀ ਬਣਿਆ ਹੁਣ ਤਿੰਨ ਹੋਰ ਵੀ ਸਾਥੀ ਯਾਰ ਅੜਲੇ ਨੇ ਸਿਰਫ ਮੇਰਾ ਸਾਥ ਦੇਣ ਲਈ ਹੋਰ ਉਹਨਾਂ ਨੂੰ ਗਰਜ਼ ਕੋਈ ਨਹੀਂ। ਇਸਵਾਰ ਰਤਨਾ ਨੇ ਸੋਚ ਵਿੱਚ ਪਈ ਹੋਈ ਨੇ ਪੁੱਛਿਆ ਹੁਣ ਕੀ ਬਣੇਗਾ ਰਾਜੂ ਤੇ ਰਾਜੂ ਕਿੰਨਾ ਚਿਰ ਆਪਣੇ ਹੱਥਾਂ ਵੱਲ ਤੱਕਦਾ ਰਿਹਾ ਫਿਰ ਕਹਿਣ ਲੱਗਾ ਹੋਰ ਕੁਝ ਨਹੀਂ ਜਾਣਦਾ ਸਿਰਫ ਇੱਕ ਗੱਲ ਜਾਣਦਾ ਕਿ ਇੱਕ ਦਿਨ ਪੰਨਾ ਡਾਕੂ ਮੇਰੇ ਹੱਥੋਂ ਮਰੇਗਾ। ਰਤਨਾ ਕੁਝ ਦੇਰ ਆਪਣੇ ਹੱਥਾਂ ਵੱਲ ਵੇਖਦੀ ਰਹੀ ਫਿਰ ਕਹਿਣ ਲੱਗੀ ਇੱਕ ਗੱਲ ਆਖਾਂ ਰਾਜੂ ਕਹ ਰਾਜੂ ਨੇ ਅਜੇ ਇੰਨਾ ਆਖਿਆ ਸੀ ਕਿ ਘਰ ਦਾ ਬੂਰਲਾ ਬੂਆ ਜ਼ੋਰ ਦੀ ਖੜਕਿਆ। ਰਤਨਾ ਨੇ ਰਾਜੂ ਨੂੰ ਅਲਮਾਰੀ ਦੇ ਪਿੱਛੇ ਛੁਪਣ ਦਾ ਇਸ਼ਾਰਾ ਕੀਤਾ ਤੇ ਆਪ ਬਾਹਰਲੇ ਕਮਰੇ 'ਚ ਜਾ ਕੇ ਸੁੱਤੀ ਪਈ ਦਾਸੀ ਨੂੰ ਜਗਾ ਕੇ ਆਖਣ ਲੱਗੀ ਉੱਠ ਵੇਖ ਕੋਈ ਬੂਹਾ ਖੜਕਾਂਦਾ ਪਿਆ ਨਾ ਬੀਬੀ ਐਸ ਵੇਲੇ ਕਿਸੇ ਨੂੰ ਬੂਹਾ ਨਹੀਂ ਖੋਲਣਾ ਉਹ ਰਾਤ ਦੀ ਬਹੁਤ ਡਰੀ ਹੋਈ ਸੀ ਕੰਧ ਦੇ ਨਾਲ ਲੱਗ ਕੇ ਖਲੋਤੀ ਹੋਰ ਡਰਨ ਲੱਗ ਪਈ ਰਤਨਾ ਨੂੰ ਜਾਪ ਰਿਆ ਸੀ ਕਿ ਪੁਲਿਸ ਵਾਲੇ ਹਨ ਤੇ ਇਹ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਦਰਵਾਜ਼ਾ ਨਾ ਖੋਲ੍ਹਿਆ ਜਾਏ ਉਨੇ ਇਹ ਗਲਦ ASI ਨੂੰ ਸਮਝਾਈ ਤੇ ਉਹਨੇ ਘਬराई ਜਈ ਨੇ ਪਰ ਅੰਦਰਵਾਜ਼ੇ ਤੇ ਕੋਣ ਹੋਗੀ ਉਹਦੀ ਕੁੰਡੀ ਖੋਲੀ ਪਰ ਫਿਰ ਛੇਤੀ ਨਾਲ ਕੁੰਡੀ ਨੂੰ ਬੰਦ ਕਰਦੀ ਮੁੜੀ ਕੁਛ ਨਹੀਂ ਬੀਬੀ ਇੱਕ ਮੋਇਆ ਸ਼ਰਾਬੀ ਐ ਐਵੇਂ ਬੂਏ ਨਾਲ ਸਿਰ ਪਟਕਾਂਦਾ ਪਿਆ ਤੇ ਰਤਨਾ ਨੂੰ ਵੀ ਇੱਕ ਚੈਨ ਜਿਹਾ ਆਇਆ ਜ਼ਰਾ ਕੋ ਹੱਸ ਪਈ ਅੱਛਾ ਸੌਂ ਜਾ ਮੈਂ ਵੀ ਤੇਰੀ ਨੀਂਦਰ ਖਰਾਬ ਕੀਤੀ ਦਾਸੀ ਨੂੰ ਚੇਤਾ ਆਇਆ ਅੱਜ ਬੀਬੀ ਨੇ ਖਾਦਾ ਕੁਝ ਨਹੀਂ ਸੀ ਆਖਣ ਲੱਗੀ ਤੁਸੀਂ ਕੱਪੜੇ ਵੀ ਨਹੀਂ ਬਦਲੇ ਖਾਦਾ ਵੀ ਕੁਝ ਨਹੀਂ ਕੁਝ ਲਿਆ ਦੇ ਆ ਗਰਮ ਕਰਕੇ ਰਤਨਾ ਨੂੰ ਭੁੱਖ ਦੀ ਖੋਪ ਪਈ ਤੇ ਉਹਦਾ ਜੀ ਕੀਤਾ ਉਹ ਆਪਣੀ ਸਹੇਲੀ ਵਰਗੀ ਦਾਸੀ ਨੂੰ ਘੁੱਟ ਕੇ ਗੱਲ ਨਾਲ ਲਾ ਲਏ ਤੇ ਆਖੇ ਲਿਆ ਦੇ ਕੁਝ ਖਾਣ ਨੂੰ ਅੱਜ ਜ਼ਿੰਦਗੀ ਚ ਪਹਿਲੀ ਵਾਰ ਮੇਰੇ ਅੰਦਰ ਕਿਸੇ ਹੋਰ ਦੀ ਭੁੱਖ ਖੋਪ ਪੰਦੀ ਪਈ ਏ ਪਰ ਰਤਨਾ ਨੇ ਆਪਣੀ ਜ਼ਿੰਦਗੀ ਦੀ ਇਸ ਪਹਿਲੀ ਖੁਸ਼ੀ ਨੂੰ ਆਪਣੇ ਅੰਦਰ ਜਰ ਲਿਆ ਤੇ ਆਖਿਆ ਹਾਂ ਸੱਚ ਮੈਂ ਤੇ ਖਾਦਾ ਹੀ ਕੁਝ ਨਹੀਂ ਜੋ ਕੁਝ ਬਣਿਆ ਹੋਇਆ ਛੇਤੀ ਨਾਲ ਲਿਆ ਦੇ ਨਹੀਂ ਗਰਮ ਨਾ ਕਰੀ ਤੇ ਰਤਨਾ ਨੇ ਉਹਦੇ ਨਾਲ ਹੋ ਕੇ ਦੋਆਂ ਕਮਰਿਆਂ ਦੇ ਵਿੱਚ ਘਰ ਬਣੀ ਨਿੱਕੀ ਜੀ ਰਸੋਈ ਵਿੱਚੋਂ ਛੇਤੀ ਨਾਲ ਕੁਝ ਚੌਲ ਭਾਜੀ ਤੇ ਕਬਾਬ ਥਾਲੀ 'ਚ ਪਾਏ ਤੇ ਥਾਲੀ ਨੂੰ ਫੜਦੀ ਉਹਨੂੰ ਆਖਣ ਲੱਗੀ ਜਾਂ ਤੂੰ ਸੌਂ ਜਾ ਮੈਂ ਕੱਪੜੇ ਬਦਲ ਕੇ ਖਾਵਾਂਗੀ ਤੂੰ ਇਹ ਬਰਤਨ ਸਵੇਰੇ ਚੁੱਕ ਲੈ ਪਰ ਰਤਨਾ ਜਦੋਂ ਰੋਟੀ ਦੀ ਥਾਲੀ ਲੈ ਕੇ ਆਪਣੇ ਕਮਰੇ 'ਚ ਮੁੜੀ ਕਮਰਾਉ ਦੀ ਬਰਿਆਂ ਦੀ ਜ਼ਿੰਦਗੀ ਵਾਂਗ ਸਖਣਾ ਸੀ ਤੇ ਫਿਰ ਉਹ ਕਮਰੇ ਦੀ ਪਿਛਲੀ ਖੁੱਲੀ ਬਾਰੀ ਵਿੱਚ ਖਲੋ ਕੇ ਉਸ ਅੰਤਾਂ ਦੇ ਹਨੇਰੇ ਵੱਲ ਵੇਖਣ ਲੱਗੀ ਜਿਹਦੇ 'ਚੋਂ ਅੱਜ ਇੱਕ ਕਰਾਮਾਤੀ ਪੱਲੂ ਦੇ ਕਮਰੇ 'ਚ ਆਇਆ ਸੀ ਤੇ ਚਲਾ ਗਿਆ ਰਾਜੂ ਨੇ ਵੀ ਰਤਨਾ ਵਾਂਗ ਬੂਏ ਉੱਤੇ ਅੱਧੀ ਰਾਤ ਦੇ ਖੜਾਕ ਤੋਂ ਸੋਚਿਆ ਸੀ ਕਿ ਇਸ ਵੇਲੇ ਹੋਰ ਕੋਈ ਨਹੀਂ ਹੋ ਸਕਦਾ ਜ਼ਰੂਰ ਪੁਲਿਸ ਵਾਲੇ ਹੋਣਗੇ ਤੇ ਉਹ ਰਤਨਾ ਨੂੰ ਇਸ ਖੁਆਰੀ ਚ ਨਹੀਂ ਸੀ ਪਾ ਸਕਦਾ ਤੇ ਉਹ ਜਿਹੜੇ ਹਨੇਰੇ ਚ ਆਇਆ ਸੀ ਉਸੇ ਨੇ ਰਿਚ ਲੋਭ ਹੋ ਗਿਆ ਸ਼ਹਿਰ ਦੇ ਪਾਸੇ ਨਾਲ ਲੱਗਦੀਆਂ ਝਾੜੀਆਂ ਉਹਦਾ ਉੱਲਾ ਸਨ ਜਿਨ੍ਹਾਂ ਚੋਂ ਲੰਘ ਕੇ ਹੁਣ ਜੰਗਲ ਚ ਬੰਨਿਆ ਘੋੜਾ ਖੋਲ ਲੈਣਾ ਔਖਾ ਨਹੀਂ ਸੀ ਉਹ ਜਦੋਂ ਰਾਤ ਦੇ ਹਨੇਰੇ ਨੂੰ چیرਦਾ ਆਪਣੇ ਟਿਕਾਣੇ ਤੇ ਪਹੁੰਚਿਆ ਉਸ ਵੇਲੇ ਤੱਕ ਪੌ ਫਟਾਲੇ ਦਾ ਵੇਲਾ ਹੋ ਗਿਆ ਸੀ ਜਿਹੜੀ ਪਹਾੜੇ ਉੱਤੇ ਉਹਦਾ ਅੱਜਕੱਲ ਟਿਕਾਣਾ ਸੀ ਉਹਦੇ ਪੈਰਾਂ 'ਚ ਇੱਕ ਪਤਲੀ ਜੀ ਨਦੀ ਵਗਦੀ ਸੀ ਤੇ ਉੱਚੀ ਪਹਾੜੀ ਦੇ ਸਿਰੇ ਤੋਂ ਦੂਰ ਦੂਰ ਤੱਕ ਨਿਗਾਹ ਜਾਂਦੀ ਸੀ ਉਹਦੇ ਸਾਥੀ ਵਾਰੋ-ਵਾਰੀ ਪਹਾੜੀ ਦੇ ਸਿਰੇ ਤੇ ਖਲੋ ਕੇ ਦੂਰ ਤੱਕ ਨਜ਼ਰ ਰੱਖਦੇ ਸਨ ਇਸ ਲਈ ਅਜੇ ਉਹ ਨਦੀ ਤੋਂ ਵੀ ਕੋਹ ਦੂਰ ਸੀ ਤੇ ਜਦੋਂ ਉਹਦੇ ਸਾਥੀਆਂ ਨੂੰ ਉਹਦੀ ਖਬਰ ਹੋ ਗਈ ਸਾਥੀ ਰਾਤ ਤੋਂ ਜਾਗਦੇ ਪਏ ਸਨ ਉਹਨਾਂ ਨੂੰ ਕਿਸੇ ਅਣਹੋਣੀ ਦਾ ਡਰ ਜਿਹਾ ਲੱਗਦਾ ਪਿਆ ਸੀ ਉਹਨਾਂ ਨੇ ਰਾਜੂ ਦੇ ਘੋੜੇ ਦੀ ਚਾਲ ਦੂਰੋਂ ਪਛਾਣ ਲਈ ਸੀ ਇਸ ਲਈ ਪਹਾੜੀ ਤੋਂ ਉਤਰ ਕੇ ਠਾ ਨਦੀ ਕੰਡੇ ਦੇ ਝਾੜਾਂ ਚੋਂ ਉਡੀਕ ਰਹੇ ਸਨ ਸਾਰੇ ਸਾਥੀ ਮਿੱਤਰਾਂ ਵਰਗੇ ਸਨ ਪਰ ਗੋਬਿੰਦ ਨੂੰ ਵੱਡੇ ਭਰਾ ਜਿਹਾ ਹੱਕ ਸੀ ਇਸ ਲਈ ਰਾਜੂ ਨੂੰ ਮਿਲਦਿਆਂ ਹੀ ਉਹ ਵਸ ਗਿਆ ਪਿਆ ਪਤਾ ਹੈ ਅੱਜ ਦੀ ਰਾਤ ਅਸਾ ਸੂਲੀ ਤੇ ਕੱਟੀਏ ਰਾਜੂ ਨੇ ਅੱਜ ਰਾਤ ਰਤਨਾ ਦੇ ਮੇਲ ਦਾ ਚੰਬਾ ਵੇਖਿਆ ਆਇਆ ਸੀ ਇਸ ਲਈ ਮੰਨ ਦੇ ਚੜਦੇ ਸੂਰਜ ਦੇ ਰੌਣਚ ਵੀ ਹੱਸ ਪਿਆ ਖਣ ਲੱਗਾ ਸੂਲੀ ਤੇ ਪਰ ਇਹ ਕਿਹੋ ਜੀ ਸੂਲੀ ਸੀ ਦੋਸਤਾ ਤੂੰ ਤੇ ਬਿਲਕੁਲ ਜਿਉਂਦਾ ਜਾਗ ਨਹੀਂ। ਗੋਬਿੰਦ ਦੀਆਂ ਅੱਖਾਂ 'ਚ ਪੂਰੀ ਰਾਤ ਦਾ ਉਹ ਨੀਂਦਰਾ ਸੀ ਆਖਣ ਲੱਗਾ ਤੈਨੂੰ ਮਜ਼ਾਕ ਸੋਝਦੇ ਨੇ। ਬੋਲ ਕਿੱਥੇ ਚਲਾ ਗਿਆ ਸੀ? ਰਾਜੂ ਫੇਰ ਮਲਕੜੇ ਜਿਹੇ ਹੱਸ ਪਿਆ ਆਖਣ ਲੱਗਾ ਬਹੁਤ ਦੂਰ। ਮੈਂ ਅੱਗੇ-ਅੱਗੇ ਤੇ ਪੁਲਿਸ ਪਿੱਛੇ-ਪਿੱਛੇ। ਹੁਣ ਗੋਬਿੰਦ ਪਰੇਸ਼ਾਨ ਹੋ ਫਿਕਰ ਨਾਲ ਪੁੱਛਣ ਲੱਗਾ ਫੇਰ ਕਿੱਥੋਂ ਤੱਕ ਗਿਆ? ਕਿਸਮਤ ਦੇ ਦਰਵਾਜ਼ੇ ਤੱਕ। ਰਾਜੂ ਨੇ ਆਖਿਆ ਤਾਂ ਗੋਬਿੰਦ ਨੂੰ ਫੇਰ ਵੱਟ ਚੜਿਆ ਕਹਿਣ ਲੱਗਾ ਦੇਖ ਰਾਜੂ। ਤੂੰ ਲੋਕਾਂ ਲਈ ਰਾਜਕੁਮਾਰ ਨਹੀਂ ਰਾਜਬਹਾਦਰ। ਲੋਕ ਤੈਨੂੰ ਰਾਜ ਰਾਣਾ ਤੇ ਰਾਜ ਰਾਕਾ ਵੀ ਅੱਖ ਕਹਿੰਦੇ ਨੇ ਤੇ ਪਤਾ ਨਹੀਂ ਕੀ ਕੀ ਕਹਿੰਦੇ ਨੇ ਪਰ ਮੇਰੇ ਲਈ ਤੈਨੂੰ ਪਤਾ ਹੈ ਤੂੰ ਸਿਰਫ ਰਾਜੂ ਹੈ ਰਾਜੂ ਦੇ ਮਨ ਦਾ ਸੂਰਜ ਉਹਦੀਆਂ ਅੱਖਾਂ ਵਿੱਚ ਵੀ ਲਿਸ਼ਕ ਗਿਆ ਤੇ ਉਹ ਗੋਬਿੰਦ ਨੂੰ ਪਿਆਰ ਨਾਲ ਘੁੱਟ ਕੇ ਕਹਿਣ ਲੱਗਾ ਹਾਂ ਗੋਬਿੰਦ ਪਰ ਸਿਰਫ ਤੇਰੇ ਲਈ ਨਹੀਂ ਕਿਸੇ ਹੋਰ ਲਈ ਵੀ ਗੋਬਿੰਦ ਨੇ ਰਾਜੂ ਦੇ ਮੋਢਿਆਂ ਉੱਤੇ ਪਏ ਕੰਬਲ ਨੂੰ ਖਿੱਚ ਕੇ ਕੁਝ ਹੈਰਾਨੀ ਨਾਲ ਪੁੱਛਿਆ ਹੋਰ ਕਿਹਦੇ ਲਈ ਰਾਜੂ ਨੇ ਬੰਦੂਕ ਨੂੰ ਮੋਢੇ ਨਾਲੋਂ ਲਾ ਕੇ ਇੱਕ ਝਾੜੀ ਨਾਲ ਟਿਕਾੰਦੀਆਂ ਸਿਰਫ ਇਹਨਾ ਆਖਿਆ ਹੋਰ ਆਪਣੇ ਲਈ ਤੇ ਹੱਸ ਪਿਆ गोविंद ਨੂੰ ਅੱਜ ਰਾਜੂ ਦੇ ਹਾਸੇ ਦੀ ਥੋ ਨਹੀਂ ਸੀ ਪੈ ਰਹੀ ਅੱਖਣ ਲਗਾ ਫੇਰ ਮਜ਼ਾਕ ਅੱਜ ਗੱਲ ਕੀ ਹੈ ਪਿੱਛੇ ਪੁਲਿਸ ਸੀ ਅੱਗੇ ਤੂੰ ਤੇ ਅੱਗੇ ਕਿਸਮਤ ਰਾਜੂ ਨੇ ਕਿਹਾ गोविंद ਦਾ ਮੂੰਹ ਹੋਰ ਗੰਭੀਰ ਹੋ ਗਿਆ ਪੁੱਛਣ ਲੱਗਾ ਕੀ ਮਤਲਬ ਤੇ ਰਾਜੂ ਨੇ ਜਿਵੇਂ ਵੇਰਵੇ ਨਾਲ ਕਿਹਾ ਯਾਨੀ ਪੁਲਿਸ ਮੇਰਾ ਪਿੱਛਾ ਕਰ ਰਹੀ ਸੀ ਤੇ ਮੈਂ ਕਿਸਮਤ ਦਾ ਪਿੱਛਾ ਕਰ ਰਿਹਾ ਸੀ गोविंद ਨੇ ਕੁਝ ਖਿਜ ਕੇ ਸਿਰਫ ਇੰਨਾ ਪੁੱਛਿਆ ਤੇ ਫੇਰ ਰਾਜੂ ਆਪਣੇ ਰੌਂਚੀ ਆਖਣ ਲੱਗਾ ਫੇਰ ਕੀ ਮੈਂ ਕਿਸਮਤ ਤੱਕ ਪਹੁੰਚ ਗਿਆ ਪਰ ਪੁਲਿਸ ਮੇਰੇ ਤੱਕ ਨਹੀਂ ਪਹੁੰਚੀ ਸੱਚ ਕਹਿ ਰਿਹਾ ਗੋਬਿੰਦ ਨੂੰ ਰਾਜੂ ਦੇ ਸਹੀ ਸਲਾਮਤ ਪਹੁੰਚਣ ਦੀ ਖੁਸ਼ੀ ਸੀ ਇਸ ਲਈ ਰਾਜੂ ਦੇ ਫਿਕਰੇ ਦਾ ਆਪਣਾ ਹੀ ਅਰਥ ਕੱਢਦਾ ਆਖਣ ਲੱਗਾ ਹਾਂ ਰਾਜੂ ਇਹ ਤਾਂ ਸੱਚ ਹੈ ਇਹ ਸਾਡੀ ਕਿਸਮਤ ਸੀ ਕਿ ਤੂੰ ਅੱਜ ਸਹੀ ਸਲਾਮਤ ਆ ਗਿਆ ਤੇ ਅਜੇ ਨਿਤ ਦੇ ਫਿਕਰ ਨੂੰ ਸੋਚਦਾ ਆਖਣ ਲੱਗਾ ਪਰ ਕੱਲ ਦੀ ਕਿਸਮਤ ਕਿਨੇ ਵੇਖੀ ਹੈ ਮੈਂ ਅੱਜ ਵੇਖੀ ਸੀ ਅਚਾਨਕ ਰਾਜੂ ਦੇ ਮੂੰਹੋਂ ਨਿਕਲਿਆ ਅੱਜ ਰਾਜੂ ਦੀ ਅਜੀਬ ਹਾਲਤ ਸੀ गोविन्दो ਦੇ ਮਨ ਦਾ ਮਿੱਤਰ ਸੀ ਉਹਦੇ ਕੋਲੋਂ ਕੁਝ ਵੀ ਨਹੀਂ ਸੀ ਲੁਕਾ ਸਕਦਾ ਪਰ ਰਤਨਾ ਦੇ ਮਿਲਣ ਵਾਲੀ ਗੱਲ ਅਜੇ ਨਹੀਂ ਅਚੰਭਾ ਸੀ ਕਿ ਉਹਦੇ ਆਪਣੇ ਮਨ ਨੂੰ ਵੀ ਅਜੇ ਸੱਚ ਵਰਗੀ ਨਹੀਂ ਸੀ ਜਾਪ ਰਹੀ ਤੇ ਜੇ ਮਨ ਨੂੰ ਕੁਝ ਜਾਪ ਰਹੀ ਸੀ ਤਾਂ ਹੋਠਾਂ ਤੱਕ ਨਹੀਂ ਸੀ ਆ ਰਹੀ ਹੋਠਾਂ ਤੱਕ ਸਿਰਫ ਉਹਦਾ ਇੱਕ ਸੇਕ ਜਾ ਰਿਹਾ ਸੀ ਗੋਬਿੰਦ ਨੇ ਫਿਰ ਪੁੱਛਿਆ ਕੀ ਰਾਜੂ ਨੇ ਆਖਿਆ ਇਹੋ ਕਿ ਮੈਂ ਉਹਨੂੰ ਵੇਖਿਆ ਸੀ ਗੋਬਿੰਦ ਅ ਸਬਰ ਛਲ ਕੇ ਪਿਆ ਕਹਿਣ ਲੱਗਾ ਕਿ ਨੂੰ ਕਿਸਮਤ ਨੂੰ ਵੇਖਿਆ ਸੀ हां किस्मत ਨੂੰ ਵੇਖਿਆ ਸੀ ਗੋਬਿੰਦ ਨੇ ਸਾਰੀ ਖਿਜ ਨੂੰ ਹਾਸੇ ਚ ਪਾ ਕੇ ਪੁੱਛਿਆ ਅੱਛਾ ਕੀ ਕਰਦੀ ਪਈ ਸੀ ਤੇ ਰਾਜੂ ਨੇ ਆਖਿਆ ਗੌਂਦੀ ਪਈ ਸੀ ਨੱਚਦੀ ਪਈ ਸੀ ਗੱਲਾਂ ਕਰਦੀ ਪਈ ਸੀ ਪਰ ਪਰ ਤੇ ਰੁਕ ਗਿਆ ਤਾਂ ਗੋਬਿੰਦ ਨੇ ਪੁੱਛਿਆ ਪਰ ਕੀ ਪਰ ਉਹ ਬੜੀ ਉਦਾਸ ਸੀ ਰਾਜੂ ਨੇ ਜਦੋਂ ਇਹ ਆਖਿਆ ਤਾਂ ਗੋਬਿੰਦ ਨੇ ਉਹਦੇ ਕੋਲ ਹੋ ਕੇ ਉਹਦੇ ਸਾਹ ਨੂੰ ਸੁੰਘਿਆ ਗੋਬਿੰਦ ਤੂੰ ਕੀ ਸੋਚਦਾ ਹੈ ਮੈਂ ਸ਼ਰਾਬ ਪੀਤੀ ਹੋਈ ਰਾਜੂ ਹੱਸ ਪਿਆ ਜੇ ਨਹੀਂ ਤਾਂ ਕਿਹੋ ਜੀਆਂ ਗੱਲਾਂ ਕਰ ਰਿਹਾ ਹੈ ਤੇ ਰਾਜੂ ਦੀਆਂ ਉਲਝੀਆਂ ਜੀਆਂ ਗੱਲਾਂ ਨੂੰ ਜਿਵੇਂ ਤੈਅ ਕਰਦੇ ਆ ਗੋਮਿੰਦ ਨੇ ਆਖਿਆ ਚੱਲ ਉੱਠ ਹੱਥ ਪੈਰ ਧੋ ਤੂੰ ਰਾਤ ਦਾ ਕੁਝ ਖਾਦਾ ਨਹੀਂ ਹੋਣਾ ਹਾਂ ਉਹ ਤਾਂ ਕੁਝ ਖਵਾਣਾ ਹੀ ਭੁੱਲ ਗਈ ਤੇ ਰਾਜੂ ਕੋਲੋਂ ਨਾ ਗੱਲਾਂ ਕੀਤੀਆਂ ਜਾਂਦੀਆਂ ਸਨ ਨਾ ਛੱਡੀਆਂ ਜਾਂਦੀਆਂ ਸਨ ਗੋਬਿੰਦ ਉੱਠ ਕੇ ਪਹਾੜੀ ਵੱਲ ਜਾਣ ਲੱਗਾ ਖਲੋ ਗਿਆ ਪੁੱਛਣ ਲੱਗਾ ਕੌਣ ਉਹੀ ਕਿਸਮਤ ਹੁਣ ਗੋਬਿੰਦ ਨੂੰ ਸੱਚਮੁੱਚ ਇੱਕ ਤਾ ਆਇਆ ਖੜਨ ਲੱਗਾ ਬੇਟਾ ਜੇਰਾ ਪੁਲਿਸ ਦੇ ਹੱਥ ਆ ਜਾਂਦਾ ਤਾਂ ਬੰਦੂਕ ਦੀ ਗੋਲੀ ਖਾਣੀ ਪੈਂਦੀ ਨਹੀਂ ਤਾਂ ਜੇਲ੍ਹ ਦੀ ਹਵਾ ਖਾਣਦੋ ਇਹੀ ਗਨੇਮਤ ਹੈ ਕਿ ਤੂੰ ਕੁਝ ਨਹੀਂ ਖਾਦਾ ਤੇ ਚੱਲ ਉੱਠ ਹੱਥ ਪੈਰ ਧੋ ਤੇ ਰਾਜੂ ਗੋਬਿੰਦ ਦਾ ਹੁਕਮ ਜੇ ਮੰਨਦਾ ਉੱਥੇ ਹੀ ਗਲ ਦੀ ਕਮੀਜ਼ ਲਾ ਕੇ ਨਦੀ 'ਚ ਨਹਾਉਣ ਲੱਗ ਪਿਆ ਇਹ ਦੂਸਰੀ ਰਾਤ ਸੀ ਪਰ ਰਤਨਾ ਨੂੰ ਜਾਪਿਆ ਉਹ ਕੱਲ ਦੀ ਇੱਕ ਘੜੀ ਦੀ ਰਤਨਾ ਹੁਣ ਫਿਰ ਚੰਪਾ ਸੀ ਤੇ ਇਹ ਰਾਤ ਪਿਛਲੀ ਰਾਤ ਤੋਂ ਜਿਵੇਂ ਕੋਹਾਂ ਦੀ ਵਿੱਥ ਉੱਤੇ ਸੀ ਮੁਜਰੇ ਦਾ ਵੇਲਾ ਹੋ ਗਿਆ ਇੱਕ ਪੁਰਾਣੀ ਚਿੱਟੀ ਕਿਨਾਰੀ ਵਾਲਾ ਉਹਦੇ ਕੋਲ ਕੁੜਤਾ ਦੁਪੱਟਾ ਸੀ ਉਹਨੇ ਪਾਉਣ ਲਈ ਕੱਢਿਆ ਪਰ ਕਈ ਥਾਵਾਂ ਤੋਂ ਉਹਦੀ ਕਿਨਾਰੀ ਉਧੜੀ ਹੋਈ ਸੀ ਸੋ ਦਾਸੀ ਸੂਈ ਧਾਗਾ ਲੈ ਕੇ ਕਾਲੀ ਨਾਲ ਉਦੜੀ ਕਿਨਾਰੀ ਟਾਂਕਣ ਲੱਗ ਪਈ ਤੇ ਉਹਨੇ ਪਤਾ ਨਹੀਂ ਕਿਉਂ ਅਚਾਨਕ ਦਾਸੀ ਨੂੰ ਪੁੱਛਿਆ ਬਾਂਕੀ ਹੁਣ ਜੇ ਕਿਤੇ ਤੂੰ ਆਪਣੀ ਮਾਂ ਨੂੰ ਵੇਖੇ ਪਛਾਣ ਲਵੇਂ ਸੂਈ ਬਾਂਕੀ ਦੇ ਪੋٹے 'ਚ ਖੁੱਭ ਗਈ ਤੇ ਲਹੂ ਦਾ ਇੱਕ ਟੇਪਾ ਚਿੱਟੀ ਕਿਨਾਰੀ ਉੱਤੇ ਲੱਗ ਗਿਆ ਥੋਤੀ ਦੀ ਕੰਨੀ ਨਾਲ ਲਹੂ ਦੇ ਟੇਪੇ ਨੂੰ ਪਹੁੰਚਦੀ ਆਖਣ ਲੱਗੀ ਚੰਪਾ ਬੀਬੀ ਜੋ ਗੱਲ ਹੋ ਨਹੀਂ ਸਕਦੀ ਉਹਨੂੰ ਕਾਦੇ ਲਈ ਸੋਚਣਾ ਹਾਂ ਸੋਚਿਆ ਕੁਝ ਨਹੀਂ ਬਣਦਾ ਸਿਰਫ ਪੋਟਿਆਂ ਚੋਂ ਲਹੂ ਸੇਮ ਆਉਂਦਾ। ਆਖ ਦੀ ਹੋਰ ਵਿਚੈਂਜੀ ਹੋ ਗਈ ਤੇ ਕਹਿਣ ਲੱਗੀ ਜਦੋਂ ਤੈਨੂੰ ਮੇਲੇ ਚ ਗਵਾਚੀ ਨੂੰ ਗੁਲਾਬ ਵਾਈ ਚੁੱਕ ਕੇ ਲਿਆਈ ਸੀ ਤੇ ਉਹਨੇ ਤੇਰਾ ਨਾਮ ਬੰਕੀ ਰੱਖਿਆ ਸੀ। ਕਿਸਮਤ ਦਾ ਇਹ ਫੈਸਲਾ ਉਸੇ ਵੇਲੇ ਹੋ ਗਿਆ ਸੀ ਤੇ ਹੁਣ ਤੂੰ ਵੀ ਸਾਰੀ ਉਮਰ ਬੰਕੀ ਰਹੇਂਗੀ ਤੇ ਮੈਂ ਵੀ ਸਾਰੀ ਉਮਰ ਚੰਪਾ। ਤੇ ਉਸ ਰਾਤ ਰਾਤ ਦੇ ਪਹਿਲੇ ਪੈਰ ਉਹਨੇ ਨਾਚ ਦੇ ਬੋਲ ਚੁੱਕਦੇ ਆਂ ਜਣੇ ਖੜੇ ਨੂੰ ਝੁੱਕ-ਝੁੱਕ ਕੇ ਸਲਾਮ ਕੀਤੀ ਤੇ ਆਖਿਆ ਜੀਓ ਚੰਪਾ ਬਾਈ ਜੁਗ ਜੁਗ ਜੀਓ ਦੀਆਂ ਆਵਾਜ਼ਾਂ ਚੋ ਕੱਲ ਦੀ ਜਾਗੀ ਹੋਈ ਰਤਨਾ ਨੂੰ ਸੁਆਣ ਦਾ ਯਤਨ ਕਰਦੀ ਰਹੀ ਪਰ ਪਿਛਲੀ ਰਾਤ ਦੀ ਜਾਗੀ ਹੋਈ ਰਤਨਾ ਜੀਓ ਚੰਪਾ ਬਾਈ ਦੀਆਂ ਆਵਾਜ਼ਾਂ ਨੂੰ ਕੰਨਾਂ ਚ ਪਾ ਕੇ ਵੀ ਜਾਗਦੀ ਰਹੀ ਤੇ ਉਹਨੇ ਆਪ ਉਹਦੇ ਹੋਠਾਂ ਉੱਤੇ ਆ ਕੇ ਮੁਜਰੇ ਦੇ ਬੋਲ ਚੁੱਕੇ ਕਾਟੀ ਹੈ ਰਾਤ ਹਮਨੇ ਕਰਵਟ ਬਦਲ ਬਦਲ ਕੇ ਚੰਪਾ ਨੇ ਰਤਨਾ ਨੂੰ ਸ਼ਰਮਿੰਦਿਆਂ ਕਰਨ ਲਈ ਅੱਜ ਨੋਟਾਂ ਵਾਲਿਆਂ ਕੋਲੋਂ ਨੋਟ ਵੀ ਹੱਥਾਂ ਨਾਲ ਫੜੇ ਪਰ ਜਦੋਂ ਮੁਜਰਾ ਖਤਮ ਹੋ ਗਿਆ ਲੋਕ ਪੌੜੀਆਂ ਉਤਰ ਗਏ ਤਾਂ ਰਤਨਾ ਨੇ ਪਤਾ ਨਹੀਂ ਚੰਪਾ ਨੂੰ ਕੀ ਆਖਿਆ ਉਹਨੇ ਸਾਰੇ ਨੋਟ ਫਰਸ਼ ਉਤੇ ਸੁੱਟ ਦਿੱਤੇ ਮੋਏ ਹੋਏ ਫੁੱਲਾਂ ਵਿੱਚ ਤੇ ਉਹ ਸੌਣ ਵਾਲੇ ਕਮਰੇ ਵੱਲ ਇੰਜ ਦੌੜੀ ਜਿਵੇਂ ਉੱਥੇ ਉਹਨੂੰ ਕੋਈ ਉਡੀਕਦਾ ਹੋਵੇ ਪਰ ਦਹਲੀਜ਼ਾਂ ਕੋਲ ਪਹੁੰਚੀ ਤਾਂ ਕਮਰੇ ਦਾ ਹਨੇਰਾ ਉਹਦੀਆਂ ਅੱਖਾਂ 'ਚ ਭਰ ਗਿਆ ਆਪਣੀ ਆਸ ਉਹਨੂੰ ਅਸੰਭਵ ਜੀ ਲੱਗੀ ਤੇ ਉਹਨੂੰ ਜਾਪਿਆ ਰਤਨਾ ਇੱਕ ਛਲਾਵਾ ਸੀ ਜੋ ਕੱਲ ਰਾਤੀ ਚੰਪਾ ਨੂੰ ਛਲ ਗਈ ਰਤਨਾ ਸੱਚ ਨਹੀਂ ਹੋ ਸਕਦੀ ਇਸ ਧਰਤੀ ਦਾ ਸੱਚ ਸਿਰਫ ਚੰਪਾ ਹੈ ਤੇ ਕਮਰੇ 'ਚ ਲੰਘਦੀ ਨਹੀਂ ਕਮਰੇ ਦੀ ਬੱਤੀ ਨਹੀਂ ਜਗਾਈ ਅਜੋ ਹਨੇਰੇ 'ਚ ਹਨੇਰੇ ਦਾ ਹਿੱਸਾ ਬਣ ਕੇ ਸੌ ਜਾਣਾ ਚਾਹੁੰਦੀ ਸੀ ਗਲ ਦਾ ਚਿੱਟਾ ਕਿਨਾਰੀ ਵਾਲਾ ਦੁਪੱਟਾ ਲਾ ਕੇ ਉਹਨੂੰ ਪਲੰਗ ਦੀ ਬਾਹੀ ਉੱਤੇ ਰੱਖਿਆ ਤੇ ਨਿਹਾਲ ਜੀ ਪਲੰਗ ਉੱਤੇ ਲੰਮੀ ਪੈਣ ਲੱਗੀ ਸੀ ਕਿ ਕਮਰੇ ਦੀ ਇੱਕ ਗੁੱਠ ਚੋਂ ਆ ਜਾਏ ਕਾਟੀ ਹੈ ਰਾਤ ਹਮਨੇ ਕਿਸਮਤ ਬਦਲ ਬਦਲ ਕੇ ਰੱਜੂ ਉਹ ਹਨੇਰੇ 'ਚ ਵੀ ਪੱਲੇ ਦੀ ਚਿੱਟੀ ਕਿਨਾਰੀ ਵਾਂਗ ਚਮਕ ਗਈ ਤੇ ਨਾਲ ਹੀ ਉਹਦੇ ਮੂੰਹ ਨਿਕਲਿਆ ਸੱਜ ਫਿਰ ਉਹਨੇ ਕਮਰੇ ਦਾ ਬੂਹਾ ਭੀੜਿਆ ਕਮਰੇ ਦੀ ਬੱਤੀ ਜਗਾਈ ਰਾਜੂ ਕਮਰੇ ਦੀ ਗੁੱਠ ਚ ਖਲੋਤਾ ਹੱਸ ਰਿਹਾ ਸੀ ਕਿਸ ਵੇਲੇ ਆਇਆ ਸੀ ਹੁਣ ਥੋੜੀ ਜੀ ਦੇਰ ਹੋਈ ਪਰ ਤੇਰੀ ਗੌਂਦੀ ਦੀ ਆਵਾਜ਼ ਸੁਣੀ ਸੀ ਤੇ ਰਾਜੂ ਨੇ ਪਲੰਗ ਦੀ ਪੱਟੀ ਤੇ ਬੰਧਿਆ ਗਿਆ ਬਹੁਤ ਲੰਬੀ ਰਾਤ ਸੀ ਨਾ ਤੂੰ ਕਰਵਟ ਬਦਲ ਬਦਲ ਕੇ ਕੱਟੀ ਤੇ ਮੈਂ ਕਿਸਮਤ ਬਦਲ ਬਦਨ ਕੇ ਕਿਸਮਤ ਤੇ ਰਾਜੂ ਨੇ ਉਹਦਾ ਹੱਥ ਫੜ ਕੇ ਆਪਣੇ ਕੋਲ ਪਲੰਗ ਤੇ ਬਿਠਾਉਂਦਿਆਂ ਆਖਿਆ ਹਾਂ ਰਤਨਾ ਕਦੇ ਵਕਤ ਸੀ ਜਦੋਂ ਇੱਕ ਜ਼ਲਾਲਤ ਮੇਰੀ ਕਿਸਮਤ ਬਣੀ ਸੀ ਉਹ ਲੋਕ ਤੈਨੂੰ ਲੈ ਗਏ ਮੇਰੇ ਪਿਓ ਨੂੰ ਕਤਲ ਕਰ ਗਏ ਮੈਂ ਵੇਖਦਾ ਰਿਹਾ ਜਿਉਂਦਾ ਰਿਹਾ ਇਹ ਬਹੁਤ ਲੰਬੀ ਰਾਤ ਸੀ ਰਤਨਾ ਫਿਰ ਹਥਿਆਰ ਮੇਰੀ ਕਿਸਮਤ ਬਣੀ ਜੰਗਲ ਦੇ ਪਿਆ ਬਾਨ ਮੇਰੀ ਕਿਸਮਤ ਬਣੀ ਰਤਨਾ ਨੇ ਰਾਜੂ ਦੇ ਮੋਢੇ ਨਾਲ ਸਿਰ ਲਾ ਦਿੱਤਾ ਤੇ ਉਹਦੇ ਆਪਣੇ ਲਫ਼ਜ਼ ਆਪਣੀ ਆਵਾਜ਼ 'ਚ ਭਿੱਜ ਗਏ ਇਹ ਰਾਤ ਬਹੁਤ ਲੰਬੀ ਏ ਰਾਜੂ ਇਹ ਬਤਾਇਆ ਨਹੀਂ ਬੇਤਣੀ ਰਾਜੂ ਨੇ ਇੱਕ ਬਾਂਹ 'ਚ ਰਤਨਾ ਨੂੰ ਘੁੱਟ ਲਿਆ ਤੇ ਆਖਿਆ ਪਰ ਹੁਣ ਤੂੰ ਮੇਰੀ ਕਿਸਮਤ ਬਣੀਏ ਰਤਨਾ ਰਤਨਾ ਜਿਵੇਂ ਆਪਣੇ ਪੱਲੇ ਤੇ ਕਿਨਾਰੀ ਵਾਂਗ ਉੱਡ ਗਈ ਕਹਿਣ ਲੱਗੀ ਮੈਂ ਮੈਂ ਵੀ ਤਾਂ ਰਾਤ ਦਾ ਹਨੇਰਾ ਰਾਜੂ ਰਤਨਾ ਦੀਆਂ ਅੱਖਾਂ ਭਰ ਆਈਆਂ ਸਨ ਆਵਾਜ਼ ਵੀ ਅੱਖਾਂ ਦੇ ਪਾਣੀ 'ਚ ਭਿੱਜ ਗਈ ਵੇਖ ਤੂੰ ਆਇਆ ਏ ਤਾਂ ਕਿਵੇਂ ਘਰ ਦੇ ਬੂਹੇ ਵੱਲੋਂ ਨਹੀਂ ਪਿਛਲੀ bari 'ਚ ਚੋਰਾ ਵਾਂਗ ਪਰ ਰਾਜੂ ਹੱਸ ਕੇ ਆਖਣ ਲੱਗਾ ਮੈਂ ਉਹਨਾਂ ਲੋਕਾਂ ਵਾਂਗ ਬਾਹਰਲੇ ਬੂਹੇ 'ਚ ਆਉਣਾ ਤੈਨੂੰ ਚੰਗਾ ਲੱਗਦਾ ਰਤਨਾ ਚੌਂਕ ਪਈ ਨਹੀਂ ਰਾਜੂ ਨਹੀਂ ਉਨਾ ਲੋਕਾਂ ਵਾਂਗ ਕਦੇ ਨਹੀਂ ਤੂੰ ਆ ਗਿਆ ਇਹ ਹੀ ਗنیمਤ ਮੈਂ ਦਰਦੀਸਾਂ ਸ਼ਾਇਦ ਤੂੰ ਨਹੀਂ ਆਏਗਾ ਰਾਜੂ ਨੇ ਜ਼ਿੰਦਗੀ 'ਚ ਪਹਿਲੀ ਵਾਰ ਆਪਣੇ ਅੰਦਰ ਇੱਕ ਮਰਦ ਦੇ ਉਸ ਵਿਸ਼ਵਾਸ ਨੂੰ ਮਹਿਸੂਸ ਕੀਤਾ ਜਿਹਦੇ 'ਚ ਮਰਦ ਨੂੰ ਆਪਣੇ ਉੱਤੇ ਵੀ ਇੱਕ ਵਿਸ਼ਵਾਸ ਆਉਂਦਾ ਹੈ ਤੇ ਉਸ ਔਰਤ ਉੱਤੇ ਵੀ ਜਿਹਨੂੰ ਆਪਣੀ ਸੋਚ ਲੈਂਦਾ ਆਖਣ ਲੱਗਾ ਨਹੀਂ ਰਤਨਾ ਤੇਰਾ ਦਿਲ ਕਿਤੇ ਜ਼ਰੂਰ ਕਹਿੰਦਾ ਹੋਏਗਾ ਕਿ ਮੈਂ ਆਵਾਂਗਾ ਤਾਈਏ ਤੂੰ ਇਹ ਪਿਛਲੀ ਵਾਰੀ ਖੁੱਲੀ ਰੱਖੀ ਸੀ ਚੰਪਾ ਦਾ ਸਿਰ ਝੁਕ ਗਿਆ ਪਰ ਰਤਨਾ ਦਾ ਸਿਰ ਉੱਚਾ ਹੋਇਆ ਉਹ ਕਿਤੇ ਅੰਦਰੋਂ ਹੀ ਲਰਜ ਗਈ ਕਹਿਣ ਲੱਗੀ ਹਾਂ ਰਾਜੂ ਪਰ ਆਪਣੇ ਆਪ ਉੱਤੇ ਵੀ ਇਤਬਾਰ ਕਰਨਾ ਭੁੱਲ ਗਈ ਰਤਨਾ ਨੂੰ ਕੱਲ ਰਾਤ ਵਾਲੀ ਭੁੱਖ ਦੀ ਖੋਜੇ ਤੇ ਆਈ ਜੋ ਨੇ ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਦੀ ਭੁੱਖ ਆਪਣੇ ਅੰਦਰ ਮਹਿਸੂਸ ਕੀਤੀ ਸੀ ਪਰ ਰੋਟੀ ਦੀ ਥਾਲੀ ਉਂਝੇ ਦੀ ਉਂਝੇ ਪਈ ਰਹਿ ਗਈ ਸੀ ਅੱਜ ਉਹ ਕਿਸੇ ਦਾ ਰਾਜ ਆਪਣੇ ਅੰਦਰ ਜਾਣਨਾ ਚਾਹੁੰਦੀ ਸੀ ਛੇਤੀ ਨਾਲ ਕਹਿਣ ਲੱਗੀ ਤੂੰ ਇੱਥੇ ਹੀ ਬੈਠ ਰਾਜੂ ਮੈਂ 2 ਮਿੰਟਾਂ 'ਚ ਆਉਂਦੀ ਆਂ ਰਤਨਾ ਕਮਰੇ ਦੀ ਬੂਏ ਨੂੰ ਘੇੜਦੀ ਜਾਈ ਬਾਹਰ ਜਾ ਕੇ ਬਾਂਕੀ ਕੋਲੋਂ ਥਾਲੀ 'ਚ ਰੋਟੀ ਪਵਾਉਣ ਲੱਗ ਪਈ ਪਰ ਬਾਂਕੀ ਉਹਦੀਆਂ ਸਹੇਲੀਆਂ ਜੀ ਦਾਸੀ ਸੀ ਉਹ ਥਾਲੀ 'ਚ ਰੋਟੀ ਪਾਉਂਦੀ ਜ਼ਿੱਦ ਲਾ ਕੇ ਬਹਿ ਗਈ ਇੱਥੇ ਬੈਠੋ ਬੀਬੀ ਮੇਰੇ ਸਾਹਮਣੇ ਅੱਜ ਮੈਂ ਸਾਹਮਣੇ ਰੋਟੀ ਖਵਾਵਾਂਗੀ ਕੱਲ ਤੁਸੀਂ ਕਮਰੇ 'ਚ ਲਿਜਾ ਕੇ ਖਾਧੀ ਨਹੀਂ ਸੀ ਸਵੇਰੇ ਮੈਂ ਭਰੀ ਥਾਲੀ ਚੁੱਕ ਕੇ ਲਿਆਈਆਂ ਰਤਨਾ ਨੇ ਪਿਆਰ ਨਾਲ ਉਹਦੀ ਗਲਤ ਠਪੋਕੜੀ ਅੱਜ ਜ਼ਰੂਰ ਖਵਾਵਾਂਗੀ ਥਾਲੀ 'ਕ ਭਰ ਦੇ ਅੱਜ ਮੈਨੂੰ ਬਹੁਤ ਭੁੱਖ ਲੱਗੀ ਹੈ ਬਾਂਕੀ ਨੇ ਬੀਬੀ ਦੀ ਤਲੀ ਸਿਰ ਤੇ ਰੱਖ ਕੇ ਕਹੇ ਮੇਰੀ ਕਸਮ ਰਤਨਾ ਨੂੰ ਅੱਜ ਸਾਰੀ ਦੁਨੀਆ ਚੰਗੀ ਲੱਗਦੀ ਪਈ ਸੀ ਹਾਂ ਤੇਰੀ ਕਸਮ ਕਹਿੰਦੀ ਨੇ ਪਿਆਰ ਨਾਲ ਦਾਸੀ ਨੂੰ ਗੱਲ ਲਾ ਲਿਆ ਤੇ ਕਹਾਂ ਚੱਲੀਏ ਤੂੰ ਮੈਨੂੰ ਇੰਨਾ ਪਿਆਰ ਕਿਉਂ ਕਰਨੀ ਹੈ ਬਾਂਕੀ ਅੱਜ ਤਰਕਾਲਾਂ ਵੇਲੇ ਦੀ ਮਨੋਹਿਲੀ ਹੋਈ ਸੀ ਉਸ ਵੇਲੇ ਦੀ ਜਦੋਂ ਉਹਦੇ ਪੋਟੇ ਚ ਸੂਈ ਚਭੀ ਸੀ ਭਰੀਆਂ ਦੀਆਂ ਅੱਖਾਂ ਨਾਲ ਕਹਿਣ ਲੱਗੀ ਮਾਂ ਕੋਲੋਂ ਮੈਂ ਜੰਮਦੀ ਗਵਾਚ ਗਈ ਗੁਲਾਬ ਗਾਈ ਬਾਈ ਨੇ ਮੈਨੂੰ ਨਾਚ ਗਾਣਾ ਸਿਖਾਣਾ ਚਾਹਿਆ ਉਹ ਵੀ ਮੇਰੇ ਕੋਲੋਂ ਸਿੱਖਿਆ ਨਾ ਗਿਆ ਉਹਦੀਆਂ ਅੱਖਾਂ 'ਚ ਤਾਂ ਮੈ ਤਿੱਲੇ ਵਾਂਗ ਰੜਕਦੀ ਸੀ ਜੋ ਕੁਝ ਲੱਭਾ ਸਿਰਫ ਤੁਹਾਡੇ ਕੋਲੋਂ ਬੀਬੀ ਰਤਨਾ ਨੇ ਉਹਦੇ ਮਨ ਨੂੰ ਠਾਰ ਦਿੰਦਾ ਹੱਥ ਉਹਦੀ ਪਿੱਠ ਤੇ ਰੱਖਿਆ ਤੇ ਕਹਿਣ ਲੱਗੀ ਤੂੰ ਮੈਂ ਤੇ ਹੋਰ ਪਤਾ ਨਹੀਂ ਕਿੰਨੇ ਲੋਕ ਅਸੀਂ ਸਾਰੇ ਕਿਸੇ ਨਾ ਕਿਸੇ ਮੇਲੇ 'ਚ ਗੁਆਚੇ ਹੋਏ ਆ ਤੇ ਰਤਨਾ ਰੋਟੀ ਦੀ ਥਾਲੀ ਲੈ ਕੇ ਕਮਰੇ 'ਚ ਮੁੜਾਈ ਫਰਸ਼ 'ਤੇ ਸਫ ਬਿਚਾ ਕੇ ਉਹਨੇ ਰੋਟੀ ਦੀ ਥਾਲੀ ਰੱਖ ਦਿੱਤੀ ਤਰਾਜੂ ਪਲੰਗ ਦੀ ਪੱਟੀ ਤੋੜ ਕੇ ਹੀਠਾਂ ਸਫ ਤੇ ਬੈੰਦਾ ਆਕਣ ਲੱਗਾ ਇੰਜ ਰੋਜ਼ ਪਕਾ ਕੇ ਖਵਾਏਂਗੀ ਤਾਂ ਮੈਨੂੰ ਰੋਜ਼ ਆਉਣਾ ਪਏਗਾ ਰੋਜ਼ ਆਏਂਗਾ ਰਤਨਾ ਨੇ ਕਿਹਾ ਤੇ ਉਹਨੂੰ ਨਿੱਕੀ ਹੁੰਦੀ ਦੇ ਉਹ ਦਿਨ ਚੇਤੇ ਆ ਗਏ ਜਦੋਂ ਉਹਦੀ ਮਾਂ ਸਭ ਕੁਝ ਰੰਨ ਪਕਾ ਕੇ ਚੰਗੇਰ ਹੀਠਾਂ ਰੱਖ ਦਿੰਦੀ ਹੁੰਦੀ ਸੀ ਤੇ ਉਹਦਾ ਪਿਓ ਦੇ ਘਰ ਆਉਣ ਤੱਕ ਗਰਾਈ ਮੂਹ ਨਹੀਂ ਸੀ ਲਾਉਂਦੀ ਹੁੰਦੀ ਪਰ ਕਿਸੇ ਨੂੰ ਖਵਾ ਕੇ ਖਾਣ ਵਾਲਾ ਤੇ ਕਿਸੇ ਦੇ ਰੱਜ ਨਾਲ ਰੱਜਣ ਵਾਲਾ ਦਿਨ ਰਤਨਾ ਨੇ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਸੀ ਵੇਖਿਆ ਅਜੋ ਦਾ ਝੋਲਾ ਜਾ ਵੇਖਿਆ ਤੇ ਉਸ ਸਾਜ਼ ਦੀਆਂ ਤਾਰਾਂ ਜਿਹੀ ਹਿੱਲ ਗਈ। ਰਾਜੂ ਨੇ ਰੋਟੀ ਦੀ ਬੁਰਕੀ ਤੋੜੀ ਤੇ ਰਤਨਾ ਦੇ ਮੂੰਹ ਹਲ ਕਰਨ ਲੱਗਾ ਸੀ ਕਿ ਰਤਨਾ ਨੇ ਕਿਹਾ ਨਹੀਂ ਪਹਿਲੀ ਬੁਰਕੀ ਤੇਰੀ ਨਹੀਂ। ਰਾਜੂ ਨੇ ਜ਼ਿੱਦ ਕੀਤੀ ਤੇ ਰਤਨਾ ਨੇ ਕਿਹਾ ਮੇਰੀ ਮਾਂ ਜਦੋਂ ਕੋਰਾ ਘੜਾ ਲਾਉਂਦੀ ਹੁੰਦੀ ਸੀ ਤਾਂ ਕਹਿੰਦੀ ਸੀ ਪਾਣੀ ਦਾ ਪਹਿਲਾ ਘੁੱਟ ਮਰਦ ਦੇ ਮੂੰਹ ਲਵਾਉਣਾ ਚਾਹੀਦਾ ਹੈ ਤੇ ਰਤਨਾ ਦਾ ਰੋਣ ਜਿਹਾ ਨਿਕਲ ਗਿਆ। ਅੱਜ ਇੱਕ ਦਿਨ ਮੈਨੂੰ ਵੀ ਵੇਖ ਲੈਣ ਦੇ ਰਾਜੂ ਕਿ ਮਰਦ ਦੇ ਮੂੰਹ ਕਿਵੇਂ ਕੁਝ ਲੁਵਾਈਦਾ ਹੈ। ਰਾਜੂ ਮਨ ਦੇ ਧੁਰੰਦਰੋਂ ਹਿੱਲ ਗਿਆ ਤੇ ਪਹਿਲੀ ਗ੍ਰਾਈ ਮੂੰਹ ਚ ਪਾਉਂਦਾ ਦੂਜੀ ਰਤਨਾ ਨੂੰ ਦੇਂਦਾ ਆਖਣ ਲੱਗਾ ਤੈਨੂੰ ਯਾਦ ਜਦੋਂ ਮੇਰੀ ਮਾਂ ਮੋਈ ਸੀ ਮੈਂ ਵੀ ਛੋਟਾ ਜਿਹਾ ਸੀ ਪਰ ਤੂੰ ਤੇ ਬਿਲਕੁਲ ਛੋਟੀ ਸੀ ਮੈਂ ਸਾਰਾ ਦਿਨ ਰੋਟੀ ਨਹੀਂ ਸੀ ਖਾਧੀ ਭੁੱਖਾ ਇੱਕ ਦਰਖਤ ਹੇਠਾਂ ਜਾ ਕੇ ਬੈਠਾ ਰਿਆ ਸਾਂ ਤੇ ਤੂੰ ਲੋਟ ਦੇ ਜੇ ਵੇਲੇ ਚੁੰਨੀ ਚਕ ਰੋਟੀ ਬੁਲੇਟ ਕੇ ਲਿਆਈ ਸੀ ਰਤਨਾ ਦਾ ਮਨ ਕਿਤੇ ਅੰਦਰੋਂ ਦੀ ਹੱਸ ਪਿਆ ਕਹਿਣ ਲੱਗੇ ਤੈਨੂੰ ਅਜੇ ਤੱਕ ਯਾਦ ਸਭ ਕੁਝ ਯਾਦ ਹੈ ਰਤਨਾ ਰਾਜੂ ਨੇ ਰੋਟੀ ਖਾਂਦਿਆਂ ਤੇ ਰਤਨਾ ਨੂੰ ਖਵਾਦਿਆਂ ਆਖਿਆ ਮੈਂ ਉਸ ਦਿਨ ਖਾਂਦਾ ਨਹੀਂ ਸੀ ਤੇ ਤੂੰ ਕਿਹਾ ਸੀ ਮਾਂ ਨੇ ਆਖਿਆ ਰਾਜੂ ਨੂੰ ਰੋਟੀ ਖਵਾ ਦੇ ਮੈਨੂੰ ਪਤਾ ਸੀ ਮਾਂ ਨੂੰ ਜਦੋਂ ਬੜਾ ਬੁਖਾਰ ਚੜਿਆ ਸੀ ਉਹਨੇ ਇੱਕ ਦਿਨ ਤੈਨੂੰ ਵੇੜੇ 'ਚ ਖੇਡਦੀ ਨੂੰ ਬੁਲਾ ਕੇ ਆਖਿਆ ਸੀ ਪਰ ਹੁਣ ਤਾਂ ਮਾਂ ਨਹੀਂ ਸੀ ਉਸ ਦਿਨ ਤਾਂ ਉਹਨੇ ਨਹੀਂ ਕਿਹਾ ਸੀ ਪਰ ਤੂੰ ਐਡੀ ਛੋਟੀ ਜਿਹੀ ਵੀ ਪਤਾ ਨਹੀਂ ਕਿਉਂ ਜੀਆਂ ਗੱਲਾਂ ਕਰਦੀ ਸੀ ਤੂੰ ਜਵਾਬ ਦਿੱਤਾ ਉਹਨੇ ਅੱਜ ਵੀ ਕਿਹਾ ਏ ਮੈਨੂੰ ਸੁਣੀਂਦਾ ਏ ਤੇ ਰਤਨਾ ਨੇ ਪਾਣੀ ਦੇ ਘੁੱਟ ਨਾਲ ਸੰਗ ਦੀ ਗਹਾਈ ਅੰਦਰ ਲੰਗਾਈ ਕਹਿਣ ਲੱਗੀ ਸਭ ਯਾਦ ਏ ਰਾਜੂ ਮੈਨੂੰ ਤਾਂ ਯਾਦ ਰਿਆ ਪਰ ਕਿਸਮਤ ਨੂੰ ਭੁੱਲ ਗਿਆ ਰਾਜੂ ਹੱਸ ਪਿਆ ਤਾਂ ਤਾਂ ਰਤਨਾ ਤੇਰਾ ਨਾ ਕਿਸਮਤ ਰੱਖਦੇ ਆ ਕਿ ਫੇਰ ਕਿਸਮਤ ਨੂੰ ਸਭ ਕੁਝ ਯਾਦ ਰਹੇ ਰਤਨਾ ਦੇ ਮਨ ਚ ਇੱਕ ਡਾਢੀ ਠੰਡੀ ਤੇ ਇੱਕ ਡਾਢੀ ਤੱਤੀ ਛਲ ਆਈ ਕਹਿਣ ਲੱਗੀ ਮੇਰੇ ਤੋਂ ਗੁਨਾਹ ਹੋ ਗਿਆ ਰਾਜੂ ਮੈਨੂੰ ਤੇਰੀ ਥਾਲੀ ਚ ਨਹੀਂ ਸੀ ਖਾਣਾ ਚਾਹੀਦਾ ਮੈਂ ਥਾਲੀ ਝੂਠੀ ਕਰ ਦਿੱਤੀ ਰਾਜੂ ਨੇ ਜਿਵੇਂ ਛਿੜਕ ਜਿਹੀ ਦਿੱਤੀ ਪਗਲੀ ਤੇਰੇ ਖਾਦਿਆਂ ਝੂਠੀ ਹੋ ਗਈ ਮੇਰਾ ਤਾਂ ਪਰਛਾਵਾਂ ਪੈਣ ਨਾਲ ਵੀ ਸਭ ਕੁਝ ਝੂਠਾ ਹੋ ਜਾਂਦਾ ਰਤਨਾ ਦੀ ਆਪਣੀ ਆਵਾਜ਼ ਉਹਦੇ ਆਪਣੇ ਸੰਗ ਚ ਜਿਵੇਂ ਚੁੱਭ ਗਈ ਪਰ ਰਾਜੂ ਹੱਸ ਪਿਆ ਮੈਂ ਪਰਛਾਵੇਂ ਦੀ ਗੱਲ ਨਹੀਂ ਕਰ ਰਿਹਾ ਮੈਂ ਤੇਰੀ ਗੱਲ ਕਰ ਰਿਹਾ ਮੈਂ ਤੇ ਉਸ ਘੜੀ ਰਤਨਾ ਨੂੰ ਦੁਨੀਆ ਦੀ ਸਭ ਤੋਂ ਵੱਡੀ ਹਸਰਤ ਆਈ ਜੇ ਕਦੀ ਮੇਰੇ ਪਿੰਡੇ ਨਾਲੋਂ ਮੇਰਾ ਪਰਛਾਵਾਂ ਉਤਰ ਜਾਏ ਕੱਲ ਰਾਤੀ ਉਹ ਲੋਕ ਫੇਰ ਆਏ ਸਨ ਰਾਜੂ ਨੇ ਅਚਾਨਕ ਪੁੱਛਿਆ ਤਾਂ ਰਤਨਾਂ ਨੂੰ ਕੱਲ ਦਾ ਪਛਤਾਵਾ ਚੇਤੇ ਆਇਆ ਕਹਿਣ ਲੱਗੀ ਕੌਣ ਪੁਲਿਸ ਵਾਲੇ ਨਹੀਂ ਰਾਜੂ ਤੂੰ ਐਵੇਂ ਚਲਾ ਗਿਆ ਰਾਜੂ ਨੂੰ ਵੀ ਕੱਲ ਦੀ ਉਹ ਗੱਲ ਯਾਦ ਆਈ ਜੋ ਰਤਨਾਂ ਕਹਿਣ ਲੱਗੀ ਸੀ ਪਰ ਬੂਹੇ ਤੇ ਹੁੰਦੇ ਖੜਾਕ ਦੇ ਭੈਚ ਉਹਦੇ ਉਹਦੀ ਗੱਲ ਵਿਚੇ ਹੀ ਰਹਿ ਗਈ ਪੁੱਛਣ ਲੱਗਾ ਕੱਲ ਤੂੰ ਕੁਝ ਕਹਿਣ ਲੱਗੀ ਸੀ ਰਤਨਾਂ ਨੂੰ ਕੁਝ ਚੇਤੇ ਨਹੀਂ ਆਇਆ ਰਾਜੂ ਨੇ ਆਖਿਆ ਪਤਾ ਨਹੀਂ ਪਰ ਤੂੰ ਕਿਹਾ ਸੀ ਇੱਕ ਗੱਲ ਆਖਾ ਹੁਣ ਰਤਨਾਂ ਨੂੰ ਗੱਲ ਯਾਦ ਆ ਗਈ ਕਹਿਣ ਲੱਗੀ ਕੁਝ ਨਹੀਂ ਰਾਜੂ ਰਤਨਾ ਨੂੰ ਜਾਪਿਆ ਕਿ ਕੁਝ ਗੱਲਾਂ ਕਿਸੇ ਖਾਸ ਪਲ 'ਤੇ ਸੋਚੀਆਂ ਵੀ ਜਾ ਸਕਦੀਆਂ ਹਨ ਕਈਆਂ ਵੀ ਜਾ ਸਕਦੀਆਂ ਹਨ ਪਰ ਉਹ ਪਲ गुज़र ਜਾਈ ਤਾਂ ਉਹ ਸੰਭਵ ਜੀਆਂ ਸੋਚੀਆਂ ਵੀ ਨਹੀਂ ਜਾਂਦੀਆਂ ਰਾਜੂ ਨੇ ਫੇਰ ਪੁੱਛਿਆ ਤਾਂ ਰਤਨਾ ਕਹਿਣ ਲੱਗੀ ਤੂੰ ਅਚਾਨਕ ਮਿਲ ਪਿਆ ਤਾਂ ਪਤਾ ਨਹੀਂ ਕੀ ਕੀ ਸੋਚ ਗਈ ਪਰ ਰਾਜੂ ਦਾ ਮੇਲ ਸਿਰਫ ਕੱਲ ਦਾ ਜਾਦੂ ਨਹੀਂ ਸੀ ਅੱਜ ਦਾ ਵੀ ਸੀ ਕੁਝ ਚਿਰ ਪਿਛੋਂ ਰਤਨਾ ਫੇਰ ਉਸ ਜਾਦੂ 'ਚ ਵਲੀ ਗਈ ਤਾਂ ਕਹਿਣ ਲੱਗੀ ਰਾਜੂ ਖਲਤੂ ਆਪਣੇ ਹੱਥਾਂ ਨੂੰ ਵੇਖ ਕੇ ਕਿਹਾ ਸੀ ਕਿ ਇੱਕ ਦਿਨ ਪੰਨਾ ਡਾਕੂ ਜ਼ਰੂਰ ਤੇਰੇ ਹੱਥੋਂ ਮਰੇਗਾ ਤੇ ਮਨ ਮੇਰੇ ਮਨ ਚ ਆਇਆ ਸੀ ਕਿ ਜੇ ਤੂੰ ਮੇਰੇ ਹੱਥਾਂ ਵਿੱਚ ਵੀ ਆਪਣੇ ਹੱਥਾਂ ਦੀ ਕੁਝ ਤਾਕਤ ਪਾ ਦੇਵੇਂ ਰਾਜੂ ਨੇ ਰਤਨਾ ਨੂੰ ਆਪਣੇ ਪਾਸੇ ਨਾਲ ਲਾਉਂਦਿਆਂ ਪੁੱਛਿਆ ਕੱਲ ਮਨ ਚ ਆਇਆ ਸੀ ਅੱਜ ਨਹੀਂ ਰਤਨਾ ਦੇ ਮਨ ਚ ਪਤਾ ਨਹੀਂ ਕੀ ਕੀ ਸੁੱਤਾ ਹੋਇਆ ਜਾਗ ਪਿਆ ਤੇ ਤੜਫ ਜੀ ਗਈ ਤੇ ਆਖਿਆ ਪਰ ਇਹ ਆਖਾਂ ਕਿਵੇਂ ਕਿਹੜੀ ਜ਼ੁਬਾਨ ਨਾਲ ਮੇਰੇ ਬੀਤੇ ਹੋਏ ਬਰੇ ਪਰ ਰਾਜੂ ਬੀਤੇ ਵੇਲੇ ਨੂੰ ਨਹੀਂ ਆਉਣ ਵਾਲੇ ਨੂੰ ਵੇਖ ਰਿਆ ਸੀ ਆਖਣ ਲੱਗਾ ਸਿਰਫ ਇਹ ਸੋਚ ਲੈ ਰਤਨਾ ਕਿ ਰਸਤਾ ਬਹੁਤ ਮੁਸ਼ਕਿਲ ਹੈ ਰਤਨਾ ਭਰੇ ਹੋਏ ਮਨ ਨਾਲ ਬੋਲੀ ਤੂੰ ਕੀ ਸੋਚਦਾ ਹੈ ਰਾਜੂ ਇਹ ਜ਼ਿੰਦਗੀ ਜੋ ਮੈਂ ਜਿਉ ਰਹੀ ਹਾਂ ਮੁਸ਼ਕਿਲ ਨਹੀਂ ਹੈ ਪਰ ਮਨ ਦੀ ਨਜ਼ਰ ਚ ਤੇ ਰਾਜੂ ਨੇ ਕਿਹਾ ਉਥੇ ਤਾਨੂੰ ਖਤਰਾ ਹੈ ਕਦਮ ਕਦਮ ਤੇ ਖਤਰਾ ਰਤਨਾ ਨੂੰ ਜਿਵੇਂ ਰਾਹ ਲੱਭ ਪਿਆ ਕਹਿਣ ਲੱਗੀ ਪਰ ਰਾਜੂ ਖਤਰਾ ਜਲਾਲਤ ਤੋਂ ਜ਼ਿਆਦਾ ਬੁਰਾ ਨਹੀਂ ਹੁੰਦਾ ਤੇ ਉਸ ਰਾਤ ਰਤਨਾ ਨੇ ਜਲਾਲਤ ਦੀ ਜ਼ਿੰਦਗੀ ਵਿੱਚੋਂ ਨਿਕਲ ਕੇ ਰਾਜੂ ਦਾ ਹੱਥ ਫੜਿਆ ਤੇ ਖਤਰੇ ਦੀ ਧਰਤੀ ਉੱਤੇ ਤੁਰਨ ਲੱਗ ਪਈ ਰਤਨਾ ਦੇ ਮਨ ਦਾ ਭਾਰ ਰੇਤ ਦੇ ਕਿਣਕਿਆਂ ਵਾਂਗ ਉਹਦੀ ਮੁਠ ਚੁੱਕਿਰਦਾਰ ਆ ਤੇ ਫਿਰ ਜਦੋਂ ਮੁਠੀ ਖਾਲੀ ਹੋ ਗਈ ਹੱਥ ਦੀ ਤਲੀ ਬਣ ਗਈ ਤਾਂ ਘੋੜੇ ਦੀ ਪਿੱਠ ਉੱਤੇ ਪਿੱਛੇ ਬੈਠੀ ਰਤਨਾ ਨੇ ਅੱਗੇ ਬੈਠੇ ਰਾਜੂ ਦੇ ਮੋਢੇ ਉੱਤੇ ਪੂਰੀ ਤਲੀ ਰੱਖ ਦਿੱਤੀ ਮੋਢੇ ਨੂੰ ਥੰਮ ਲਿਆ ਇਹ ਉਹਦੀ ਮੁਕਤੀ ਦਾ ਪਹਿਲਾ ਪਲ ਸੀ ਤਨ ਮੁਕਤ ਨਾ ਹੋਵੇ ਤਾਂ ਮਨ ਦੀ ਮੁਕਤੀ ਉਹਦੀਆਂ ਸਿੱਖਾਂ ਨਾਲ ਵੱਜਦੀ ਰਹਿੰਦੀ ਹੈ ਰਤਨਾ ਦੀ ਜ਼ਿੰਦਗੀ 'ਚ ਕਈ ਰਾਤਾਂ ਸਨ ਜਦੋਂ ਉਹ ਨੀ ਸਿੱਖਾਂ ਨਾਲੋਂ ਵੱਜ ਕੇ ਡੁੱਲਦਾ ਆਪਣਾ ਲਹੂ ਵੇਖਿਆ ਸੀ ਪਰ ਅੱਜ ਪਹਿਲੀ ਰਾਤ ਸੀ ਜਦੋਂ ਉਹ ਮੁਕਤ ਤਨ ਵਿੱਚ ਮੁਕਤ ਮਨ ਦਾ ਅਹਿਸਾਸ ਵੇਖਿਆ ਬਿਜਲੀ ਦੀਆਂ ਬੱਤੀਆਂ ਦੇ ਘੇਰੇ 'ਚ ਫਸਿਆ ਹੋਇਆ ਸ਼ਹਿਰ ਜਿਉਂ-ਜਿਉਂ ਪਿੱਛੇ ਰੰਦਾ ਗਿਆ ਰਤਨਾ ਕੁਝ ਹੈਰਾਨ ਜਿਹੀ ਆਪਣੀ ਮੁਕਤੀ ਨੂੰ ਵੇਖਦੀ ਰਹੀ ਉਹਨੂੰ ਗੁਲਾਬ ਬਾਈ ਨੇ ਵੀ ਹਮੇਸ਼ਾ ਦੱਸਿਆ ਸੀ ਤੇ ਉਹਨਾਂ ਨੇ ਵੀ ਜਿਹੜੇ ਦੁਨੀਆ ਨੂੰ ਚਲਾਉਂਦੇ ਹਨ ਕਿ ਉਹ ਜਿੱਥੇ ਜਾਏਗੀ ਇਹ ਸ਼ਹਿਰ ਉਹਦੇ ਨਾਲ ਜਾਏਗਾ ਪਰ ਅੱਜ ਸਿਰਫ ਰਾਜੂ ਨੇ ਦੱਸਿਆ ਸੀ ਕਿ ਨਹੀਂ ਇਹ ਸ਼ਹਿਰ ਉਹਦੇ ਨਾਲ ਨਹੀਂ ਜਾਏਗਾ ਤੇ ਬਿਜਲੀ ਦੀਆਂ ਬੱਤੀਆਂ ਦੇ ਘੇਰੇ 'ਚ ਫਸਿਆ ਹੋਇਆ ਉਹ ਸ਼ਹਿਰ ਅੱਜ ਸੱਚੀ ਮੁੱਚੀ ਪਿੱਛੇ ਦਾ ਪਿੱਛੇ ਰਹਿ ਗਿਆ ਸੀ ਹੋਰ ਪਿੱਛੇ ਰਹਿ ਗਿਆ ਤਾਂ ਰਤਨਾ ਨੂੰ ਜਾਪਿਆ ਜਿਵੇਂ ਉਹ ਹਨੇਰੇ 'ਚ ਡੁੱਬ ਗਿਆ ਹੋਵੇ ਸ਼ਾਇਦ ਟੈ ਗਿਆ ਜਾਂ ਗਰਕ ਗਿਆ ਹੋਵੇ ਤੇ ਫੇਰ ਉਹਦੇ ਤੋਂ ਮੁਕਤ ਹੋ ਕੇ ਉਹ ਜੰਗਲ ਦੀ ਹਰੀਆਲੀ ਨਾਲ ਭਰੀ ਹੋਈ ਰਾਤ ਵੇਖਣ ਲੱਗ ਪਈ ਉਨੇ ਗਾਮਾ ਨਾਲ ਭਰੀਆਂ ਹੋਈਆਂ ਕਾਲੀਆਂ ਰਾਤਾਂ ਵੇਖੀਆਂ ਸਨ ਫਿਕਰਾਂ ਨਾਲ ਭਰੀਆਂ ਹੋਈਆਂ ਪੀਲੀਆਂ ਰਾਤਾਂ ਵੇਖੀਆਂ ਸਨ ਤੇ ਅੰਗਾਂ ਨੂੰ ਚੜਦੇ ਜ਼ਹਿਰ ਦੀਆਂ ਨੀਲੀਆਂ ਰਾਤਾਂ ਵੇਖੀਆਂ ਸਨ ਪਰ ਉਹਨੇ ਜੰਗਲ ਦੇ ਪੱਤਿਆਂ ਨਾਲ ਭਰੀਆਂ ਹੋਈਆਂ ਹਰੀਆਂ ਰਾਤਾਂ ਕਦੇ ਨਹੀਂ ਸੀ ਵੇਖੀਆਂ ਰਾਤਾਂ ਦਾ ਕੂਲਾ ਤੇ ਕੁਦਰਤੀ ਹਨੇਰਾ ਵੀ ਉਹਨੇ ਕਦੇ ਨਹੀਂ ਸੀ ਵੇਖਿਆ ਸਿਰਫ ਰਾਤਾਂ ਦਾ ਸਖਤ ਤੇ ਮਸਨੂਈ ਚਾਨਣ ਉਹਨੇ ਵੇਖਿਆ ਸੀ ਅੱਜ ਆਪਣੇ ਅੰਗ ਉਹਨੂੰ ਪੰਛੀਆਂ ਦੇ ਖੰਭਾਂ ਵਰਗੇ ਲੱਗ ਰਹੇ ਸਨ ਤੇ ਰਾਤ ਖੁੱਲੇ ਅਸਮਾਨ ਵਰਗੀ ਜਿਸ ਵੇਲੇ ਨਦੀ ਕੋਲ ਪਹੁੰਚ ਕੇ ਰਾਜੂ ਨੇ ਘੋੜੇ ਦੀ ਚਾਲ ਮੱਠੀ ਕੀਤੀ ਤੇ ਘੋੜੇ ਨੂੰ ਨਦੀ 'ਚ ਪਾਉਣ ਲੱਗਾ ਤਾਂ ਰਤਨਾ ਨੇ ਉਹਨੂੰ ਕੰਢੇ ਉੱਤੇ ਠਹਿਰਨ ਲਈ ਆਖਿਆ ਪਹਿਲਾਂ ਨਦੀ 'ਚ ਨਹਾਵਾਂਗੇ ਰਤਨਾ ਨੇ ਕਿਹਾ ਤੇ ਸਣੇ ਕੱਪੜੇ ਨਦੀ 'ਚ ਵੜ ਗਏ ਰਾਜੂ ਨੇ ਆਪਣਾ ਕੰਬਲ ਬੰਦੂਕ ਤੇ ਕਮੀਜ਼ ਲਾ ਕੇ ਇੱਕ ਪੱਥਰ ਕੋਲ ਰੱਖੇ ਫਿਰ ਰਤਨਾ ਦੇ ਪਿੱਛੇ ਨਦੀ 'ਚ ਵੜ ਗਿਆ ਇਸ ਮਾਨ ਦੇ ਖੇਤ ਵਿੱਚ ਸੂਰਜ ਦੇ ਉੱਗਣ ਦਾ ਵੇਲਾ ਸੀ ਜੋ ਉਗਦਿਆਂ ਹੀ ਸਭ ਤੋਂ ਪਹਿਲਾਂ ਧਰਤੀ ਦੀਆਂ ਨਦੀਆਂ 'ਚ ਨਹਾਉਂਦਾ ਤੇ ਸੂਰਜ ਇਸ ਨਦੀ ਵਿੱਚ ਵੀ ਨਹਾਉਣ ਆ ਗਿਆ ਜਿੱਥੇ ਰਤਨਾ ਤੇ ਰਾਜੂ ਨਹਾਉਂਦੇ ਪਏ ਸਨ ਕੁਝ ਦੇਰ ਜਿਵੇਂ ਤਿੰਨੇ ਰਲ ਕੇ ਨਹਾਉਂਦੇ ਰਹੇ ਫਿਰ ਅਚਾਨਕ ਰਾਜੂ ਨੇ ਵੇਖਿਆ ਰਤਨਾ ਦੇ ਸਿਰ ਦਾ ਦੁਪੱਟਾ ਪਾਣੀ 'ਚ ਵਹਿਦਾ ਪਿਆ ਸੀ ਉਹ ਤਰਨਾ ਜਾਣਦਾ ਸੀ ਤੇ ਜਿਸ ਵੇਲੇ ਅਗਾਹ ਹੋ ਕੇ ਦੁਪੱਟੇ ਨੂੰ ਫੜਨ ਲੱਗਾ ਤਾਂ ਰਤਨਾ ਨੇ ਉਹਦਾ ਹੱਥ ਫੜ ਲਿਆ ਤੇ ਦੁਪੱਟਾ ਪਾਣੀਆਂ 'ਚ ਵਹਿਦਾ ਬਹੁਤ ਦੂਰ ਚਲਾ ਗਿਆ ਇਸ ਵੇਲੇ ਤੱਕ ਰਾਜੂ ਨੇ ਰਤਨਾ ਦੇ ਮਨ ਦੀ ਗੱਲ ਨਹੀਂ ਸੀ ਜਾਣੀ ਔਰ ਫਿਰ ਜਦੋਂ ਉਹਨੇ ਵੇਖਿਆ ਕਿ ਰਤਨਾ ਦੀ ਨਿੱਗਲ ਦੀ ਕਮੀਜ਼ ਤੇ ਲੱਕ ਦਾ ਚੂੜੀਦਾਰ ਵੀ ਲਾ ਕੇ ਪਾਣੀ 'ਚ ਵਹਿ ਜਾਣ ਦਿੱਤੇ ਤਾਂ ਉਹ ਜਾਣ ਗਿਆ ਤੇ ਰਤਨਾ ਵੱਲ ਵੇਖ ਕੇ ਮੁਸਕਰਾ ਪਿਆ ਉਹ ਪਾਣੀ 'ਚੋਂ ਨਿਕਲ ਕੇ ਕੰਢੇ ਤੇ ਆ ਗਿਆ ਤੇ ਆਪਣੀ ਕਮੀਜ਼ ਰਤਨਾ ਨੂੰ ਪਾਉਣ ਲਈ ਦੇ ਕੇ ਉਹਨੇ ਆਪਣੇ ਨੰਗੇ ਪਿੰਡੇ ਕੰਬਲ ਬੁਲੇਟ ਲਿਆ ਨਦੀਆਂ ਪਾਰ ਰਾਜੂ ਦੇ ਸਾਥੀਓ ਨੂੰ ਦੇਖ ਰਹੇ ਸਨ ਰਤਨਾ ਨੇ ਪੈਰਾਂ ਦੀ ਜੁੱਤੀ ਵੀ ਉਰਲੇ ਕੰਢੇ ਤੇ ਛੱਡ ਦਿੱਤੀ ਤੇ ਗਲ 'ਚ ਰਾਜੂ ਦੀ ਮੋٹے ਖੱਦਰ ਦੀ ਲੰਬੀ ਜੀ ਕਮੀਜ਼ ਪਾਈ ਨੰਗੇ ਪੈਰੀਂ ਜਦੋਂ ਰਾਜੂ ਦੇ ਨਾਲ ਘੋੜੇ ਤੇ ਬਹਿ ਕੇ ਨਦੀ ਦੇ ਪਾਰ ਪਹੁੰਚੀ ਤਾਂ ਦੋਵੇਂ ਜਿਵੇਂ ਸਾਧਾਂ ਦਾ ਇੱਕ ਜੋੜਾ ਦਿਸਦੇ ਪਏ ਸਨ ਸਾਥੀਆਂ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਸੀ ਜੋ ਵੀ ਰਾਜੂ ਦੇ ਨਾਲ ਸੀ ਉਹ ਆਦਰ ਕਰਨ ਯੋਗ ਸੀ ਇਸ ਲਈ ਸਾਥੀਆਂ ਨੇ ਅੱਗੇ ਹੋ ਕੇ ਰਤਨਾ ਨੂੰ ਨਮਸਕਾਰ ਕੀਤੀ ਰਤਨਾ ਨੇ ਪਹਿਲੀ ਵਾਰ ਧਰਤੀ ਦਾ ਆਦਰ ਵੇਖਿਆ ਤਾਂ ਇਹ ਸਾਦਰ ਨੂੰ ਹੱਥ ਜੋੜ ਦੀ ਦੀਆਂ ਅੱਖਾਂ 'ਚ ਪਾਣੀ ਆ ਗਿਆ ਨਦੀ ਕੰਡੇ ਦੀਆਂ ਝਾੜੀਆਂ 'ਚ ਰਤਰਾ ਨੂੰ ਇੱਕ ਪੱਥਰ ਉੱਤੇ ਬਿਠਾਉਂਦਿਆਂ ਰਾਜੂ ਨੇ ਸਭਨਾ ਸਾਥੀਆਂ ਨੂੰ ਕੋਲ ਬਹਿਣ ਲਈ ਕਿਹਾ ਤੇ ਸਾਥੀਆਂ ਨੂੰ ਆਖਣ ਲੱਗਾ ਇੱਕ ਦਿਨ ਤੁਸੀਂ ਮੈਨੂੰ ਪੁੱਛਿਆ ਕਿ ਮੇਰਾ ਕੀ ਗਵਾਚਾ ਹੈ ਤੇ ਮੈਂ ਤੁਹਾਨੂੰ ਦੱਸਿਆ ਸੀ ਮੇਰੀਆਂ ਦੋ ਚੀਜ਼ਾਂ ਗਵਾਚੀਆਂ ਇੱਕ ਸੱਚ ਹੈ ਜੋ ਗਵਾਚਾ ਹੋਇਆ ਤੇ ਇੱਕ ਇਸ ਧਰਤੀ ਦੀ ਬੇਟੀ ਸਾਥੀਆਂ 'ਚੋਂ ਗੋਬਿੰਦ ਕੁਝ ਆਖਣ ਲੱਗਾ ਪਰ ਫਿਰ ਚੁੱਪ ਹੋ ਗਿਆ ਉਹ ਰਾਜੂ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ ਰਾਜੂ ਨੇ ਕਿਹਾ ਜਦ ਤੱਕ ਪੰਨਾ ਡਾਕੂ ਜਿਉਂਦਾ ਹੈ ਅਸੀਂ ਲੋਕ ਚੈਨ ਨਾਲ ਨਹੀਂ ਬੈ ਸਕਦੇ ਉਹਦੀ ਮੌਤ ਨਾਲ ਸਾਡਾ ਗਵਾਚਾ ਹੋਇਆ ਸੱਚ ਸਾਨੂੰ ਮਿਲੇਗਾ ਪਰ ਦੂਜੀ ਚੀਜ਼ ਜੋ ਗਵਾਚੀ ਸੀ ਅੱਜ ਮੈਂ ਉਲੱਭ ਲਿਆ ਤੇ ਹੁਣ ਗੋਬਿੰਦ ਕੋਲ ਰਿਆ ਨਹੀਂ ਗਿਆ ਉਹਨੇ ਰਾਜੂ ਵੱਲ ਵੇਖਿਆ ਰਤਨਾਵਲ ਵੀ ਤੇ ਪੁੱਛਿਆ ਇਹ ਰਤਨਾ ਹੈ ਹਾਂ ਗੋਬਿੰਦ ਇਹੀ ਉਹ ਧਰਤੀ ਦੀ ਬੇਟੀ ਹੈ ਜੋ ਗਵਾਚ ਗਈ ਸੀ ਰਾਜੂ ਨੇ ਕਿਹਾ ਤਾਂ ਰਤਨਾ ਕੋਲੋਂ ਆਪਣੇ ਅਥਰੂ ਨਹੀਂ ਛੱਲੇ ਗਏ ਗੋਬਿੰਦ ਆਖ ਰਿਹਾ ਸੀ ਮੈਨੂੰ ਪਛਾਣਦੀ ਹੈ ਰਤਨਾ ਮੈਂ ਗੋਬਿੰਦ ਆ ਰਾਜੂ ਦੇ ਭਰਾ ਵਰਗਾ ਤੇਰਾ ਵੀ ਭਰਾ ਤੂੰ ਕਿੱਥੇ ਚਲੀ ਗਈ ਸੀ ਜਵਾਬ ਰਾਜੂ ਨੇ ਦਿੱਤਾ ਸੀ ਦੀ ਗੱਲ ਛੱਡ ਗੋਬਿੰਦ ਇਹ ਹੈ ਇਹ ਹੀ ਬੋਤ ਹੈ ਸਾਥੀਆਂ ਨੇ ਵਾਰੋ ਵਾਰੀ ਉੱਠ ਕੇ ਰਤਨਾ ਦੇ ਪੈਰ ਛੂਏ ਤਾਂ ਰਤਨਾ ਜਿਵੇਂ ਅੰਦਰੋਂ ਬਾਹਰੋਂ ਭਿੱਜ ਗਈ ਆਖਣ ਲੱਗੀ ਇੰਜ ਨਾ ਕਰੋ ਮੈਂ ਤੁਹਾਡੀ ਭੈਣ ਆ ਛੋਟੀਆਂ ਕਿ ਵੱਡੀਆਂ ਪਤਾ ਨਹੀਂ ਗੋਬਿੰਦ ਨੇ ਅਗਾਹ ਹੋ ਕੇ ਰਤਨਾ ਦੇ ਸਿਰ ਤੇ ਹੱਥ ਰੱਖਿਆ ਜਿਵੇਂ ਰਾਜੂ ਦੇਵੀ ਤੇ ਰਤਨਾ ਦੇਵੀ ਬੋਲ ਪਾੜ ਲਏ ਰਾਜੂ ਨੇ ਕਿਹਾ ਗੋਬਿੰਦ ਕਿਸੇ ਜ਼ਮਾਨੇ ਬੰਸਰੀ ਵਜਾਉਣਾ ਹੁੰਦਾ ਸੀ ਅੱਜ ਬੰਸਰੀ ਵਜਾ ਤੇ ਗੋਬਿੰਦ ਰਾਜੂ ਨੂੰ ਕੁਝ ਕਹਿਣ ਦੇ ਥਾ ਰਤਨਾ ਨੂੰ ਕਹਿਣ ਲੱਗਾ ਵੇਖ ਰਤਨਾ ਇਹਨੇ ਮੇਰੀ ਬੰਸਰੀ ਖੋ ਲਈ ਤੇ ਬੰਸਰੀ ਦੀ ਥਾਂਵੇਂ ਹੱਥ 'ਚ ਬੰਦੂਕ ਦੇ ਕੇ ਹੁਣ ਬੰਸਰੀ ਵਜਾਉਣ ਦੀ ਗੱਲ ਕਰਦਾ ਰਾਜੂ ਹੱਸ ਪਿਆ ਇਸੇ ਜਨਮ 'ਚ ਵਜਾਉਂਦਾ ਸੀ ਨਾ ਭੁੱਲ ਗਏਂ ਬੰਦੂਕ ਦੇ ਵੇਲੇ ਬੰਦੂਕ ਚਲਾਇਆ ਕਰ ਤੇ ਤੇ ਬੰਸਰੀ ਦੇ ਵੇਲੇ ਬੰਸਰੀ ਵਜਾਇਆ ਕਰ ਗੋਬਿੰਦ ਨੇ ਗਲ ਟੁੱਕੀ ਤੇ ਆਖਿਆ ਪਰ ਵਕਤ ਹੀ ਤੇ ਆਉਂਦਾ ਨਹੀਂ ਬੰਸਰੀ ਵਜਾਉਣ ਦਾ ਕਿ ਅੱਜ ਵਕਤ ਨੇ ਰਾਜੂ ਨੇ ਕਿਹਾ ਤਾਂ ਗੋਬਿੰਦ ਹੱਸ ਪਿਆ ਹਾਂ ਅੱਜ ਤਾਂ ਬੰਸਰੀ ਵਜਾਉਣ ਦਾ ਵੇਲਾ ਰਾਜੂ ਕਹਿਣ ਲੱਗਾ ਅੱਛਾ ਅੱਜ ਤੋਂ ਤੂੰ ਬੰਦੂਕ ਰਤਨਾ ਨੂੰ ਦੇ ਦੇ ਤੇ ਮੈਂ ਬੰਸਰੀ ਵਜਾਇਆ ਕਰਾਂ ਗੋਬਿੰਦ ਨੇ ਹਲਕੇ ਜਿਹੇ ਗੁੱਸੇ ਨਾਲ ਲੱਗ ਗਿਆ ਤਾਂ ਰਤਨਾ ਬੋਲ ਪਈ ਨਹੀਂ ਵੀਰ ਤੂੰ ਮੈਨੂੰ ਬੰਦੂਕ ਚਲਾਉਣਾ ਸਿਖਾਏਂ ਗੋਬਿੰਦ ਦੇ ਅੰਦਰ ਸੱਚੀ ਮੁੱਚੀ ਇੱਕ ਭਰਾ ਸੀ ਜਿਹਦੇ ਸੰਸਕਾਰ ਸਨ ਕਹਿਣ ਲੱਗਾ ਤੂੰ ਬੰਦੂਕ ਚਲਾਏਂਗੀ ਤਾਂ ਫਿਰ ਅਸੀਂ ਕਾਹਦੇ ਲਈਂ ਤੇ ਮੋਰ ਨਾਲ ਭਰ ਕੇ ਕਹਿਣ ਲੱਗਾ ਤੂੰ ਸਿਰਫ ਇੱਕ ਕੰਮ ਕਰੀ ਕੀ ਰਤਨਾ ਨੇ ਪੁੱਛਿਆ ਤਾਂ ਗੋਬਿੰਦ ਆਖਣ ਲੱਗਾ ਕਿ ਫੇਰ ਨਾ ਗੁਆਚ ਜਾਈ ਤੇ ਅੱਜ ਰਤਨਾ ਨੂੰ ਸੱਚਮੁੱਚ ਚੇਰਾਂ ਦਾ ਗੁਆਚਾ ਹੋਇਆ ਆਪਣਾ ਆਪ ਲੱਗ ਪਿਆ ਦਿਓ ਚੜਿਆ ਵੀ ਤੇ ਲੱਥ ਵੀ ਗਿਆ ਪਰ ਰਤਨਾ ਕਿਤੇ ਨਹੀਂ ਦਿਸੀ ਤੇ ਬਾਂਕੀ ਦੀ ਜ਼ਿੰਦਗੀ 'ਚ ਇਹ ਦੂਜੀ ਵਾਰ ਸੀ ਜਦੋਂ ਭਰੇ ਮੇਲੇ 'ਚ ਗੁਆਚ ਗਈ ਤਰਕਾਲਾ ਨੂੰ ਮੁਜਰੇ ਦੇ ਵੇਲੇ ਇੱਕ ਖਬਰ ਗਲੀ 'ਚ ਨਿਕਲ ਗਈ ਕਿ ਗਲੀ ਦੀ ਸਭ ਤੋਂ ਬਹੁਤੀ ਹੁਸੈਨਾ ਕਿਤੇ ਨਹੀਂ ਲੱਭਦੀ ਗਲੀ ਦੀਆਂ ਕਰੀਬ ਸਾਰੀਆਂ ਔਰਤਾਂ ਤਰਕਾਲਾ ਨੂੰ ਫੁੱਲਾਂ ਦੇ ਗਜਰੇ ਪਾ ਕੇ ਵਾਰੋ-ਵਾਰੀ ਬੰਕੀ ਕੋਲ ਆਈਆਂ ਇੰਜ ਜਿਵੇਂ ਫੁੱਲ-ਫੁੱਲਾਂ ਦੀ ਮੁਕਾਣੀ ਆਏ ਹੋਣ ਤੇ ਇਹ ਗੱਲ ਵੀ ਦੂਜੇ ਦਿਨ ਸਾਰਿਆਂ ਨੇ ਬਹੇ ਫੁੱਲ ਵਾਂਗੂ ਗਲੀ 'ਚ ਬਾਹਰ ਸੁੱਟ ਦਿੱਤੀ ਤੇ ਲੋਕ ਜਿਹੜੇ ਰੋਜ਼ ਇਹ ਪੌੜੀਆਂ ਚੜਦੇ ਸਨ ਦੂਜੇ ਦਿਨ ਤੋਂ ਦੂਜੀਆਂ ਪੌੜੀਆਂ ਚੜਨ ਲੱਗ ਪਏ ਸਿਰਫ ਬੰਕੀ ਇੱਕ ਦਿਨ ਵੀ ਰੋਂਦੀ ਰਹੀ ਦੋ ਦਿਨ ਵੀ ਤੀਜੇ ਦਿਨ ਉਹਦੇ ਹੱਡਾਂ ਨੂੰ ਭੰਨ ਦਾ ਬੁਖਾਰ ਚੜ ਗਿਆ ਗਲ ਗਲੀ ਚੋਂ ਨਿਕਲੀ ਜਾਂ ਦੂਜੇ ਦਿਨ ਸੜਕਾਂ ਤੇ ਪਹੁੰਚੀ ਤੀਜੇ ਦਿਨ ਪੁਲਿਸ ਦੀ ਚੌਕੀ ਤੇ ਪਹੁੰਚ ਗਈ ਤੈਕੀ ਕਾਦਲੀ ਪੁਲਿਸ ਦਾ ਇਨਸਪੈਕਟਰ ਆਇਆ ਪਰ ਬੰਕੀ ਸਿਰਫ ਰੋ ਸਕਦੀ ਸੀ ਰੋਂਦੀ ਰਹੀ ਨਾ ਉਹਨੂੰ ਕੁਝ ਪਤਾ ਸੀ ਨਾ ਕੁਝ ਦੱਸ ਸਕਦੀ ਸੀ ਸਿਰਫ ਪੁੱਛ ਗਿਚੋਈ ਤੇਰਾ ਨਾਮ ਬੰਕੀ ਚੰਪਾ ਤੇਰੀ ਕੀ ਲੱਗਦੀ ਸੀ ਮਾਲਕਨ ਉਹ ਤੈਨੂੰ ਕਿੱਥੋਂ ਲਿਆਈ ਸੀ ਉਹ ਨਹੀਂ ਘਰ ਦੀ ਪੁਰਾਣੀ ਮਾਲਕਨ ਲਿਆਈ ਸੀ ਗੁਲਾਬ ਬਾਏ ਕਿੱਥੇ ਕਿੱਥੋਂ ਇੱਕ ਮੇਲੇ ਚੋਂ ਖਰੀਦ ਕੇ ਨਹੀਂ ਮੇਲੇ ਚੋਂ ਗਵਾਚੀ ਹੋਈ ਨੂੰ ਚੁੱਕ ਕੇ ਇਹ ਚੰਪਾ ਗੁਲਾਬ ਬਾਈ ਦੀ ਬੇਟੀ ਸੀ ਨਹੀਂ ਉਹਨੇ ਖਰੀਦੀ ਸੀ ਕਿਹਦੇ ਕੋਲੋਂ ਕਿੰਨੇ ਤੋਂ ਸੁਣਿਆ ਸੀ 10000 ਤੋਂ ਵੇਚਣ ਲਈ ਕੌਣ ਆਇਆ ਸੀ ਸੁਣਿਆ ਸੀ ਕੋਈ ਪੰਨਾ ਡਾਕੂ ਸੀ ਤੇ ਫਿਰ ਚੰਪਾ ਨੇ ਕਦੀ ਨਸਣ ਦੀ ਕੋਸ਼ਿਸ਼ ਕੀਤੀ ਨਹੀਂ ਸਾਹਿਬ ਔਰਤ ਜਦੋਂ ਇੱਕ ਵਾਰੀ ਇੱਥੇ ਆ ਜਾਏ ਤਾਂ ਫਿਰ ਨਸ ਕੇ ਵੀ ਕਿੱਥੇ ਜਾਏਗੀ ਗੁਲਾਬ ਬਾਈ ਨੂੰ ਮੋਇਆ ਕਿੰਨੇ ਵਾਰੀ ਹੋਏ ਨੇ ਤਿੰਨ ਵਾਰੀ ਇਹਨਾਂ ਦਿਨਾਂ 'ਚ ਕੋਈ ਖਾਸ ਆਦਮੀ ਉਹਨੂੰ ਮਿਲਣਾ ਆਉਂਦਾ ਸੀ ਉਹੀ ਜੋ ਮੁਜਰੇ ਵੇਲੇ ਆਉਂਦੇ ਨੇ ਕੋਈ ਰਈਸ ਜ਼ਿਆਦਾ ਨਹੀਂ ਇਹਨਾਂ ਦਿਨਾਂ 'ਚ ਕੋਈ ਉਹਨੂੰ ਖਤ ਆਉਂਦੇ ਸੀ ਨਹੀਂ ਤੈਨੂੰ ਕਿਸ ਵੇਲੇ ਪਤਾ ਲੱਗਾ ਕਿ ਉਹ ਘਰ ਨਹੀਂ ਸਵੇਰੇ ਉੱਠ ਕੇ ਉਸ ਰਾਤ ਕੋਈ ਆਦਮੀ ਇੱਥੇ ਰਿਹਾ ਸੀ ਨਹੀਂ ਸੋ ਉਹ ਕੋਈ ਅੱਧੀ ਰਾਤ ਵੇਲੇ ਗਈ ਪਤਾ ਨਹੀਂ ਤੂੰ ਕਿਹੜੇ ਕਮਰੇ 'ਚ ਸੌਂਦੀ ਸੀ ਅੰਦਰ ਵਾਲੇ ਕਮਰੇ 'ਚ ਤੇ ਤੂੰ ਬਾਹਰ ਵਾਲੇ ਕਮਰੇ 'ਚ ਫਿਰ ਉਹ ਰਾਤੀ ਉੱਠ ਕੇ ਗਈ ਜ਼ਰੂਰ ਬਾਹਲੇ ਕਮਰੇ 'ਚੋਂ ਲੰਗੀ ਹੋਏਗੀ ਜਿੱਥੇ ਤੂੰ ਸੁੱਤੀ ਸੀ ਨਹੀਂ ਇਹ ਤੈਨੂੰ ਕਿਸ ਤਰ੍ਹਾਂ ਪਤਾ ਕਿਉਂਕਿ ਸਵੇਰੇ ਵੀ ਦਰਵਾਜ਼ਾ ਉਸੇ ਤਰ੍ਹਾਂ ਅੰਦਰੋਂ ਬੰਦ ਸੀ ਜਿਵੇਂ ਮੈਂ ਬੰਦ ਕਰਕੇ ਸੁੱਤੀ ਸੀ ਫਿਰ ਉਹ ਗਈ ਕਿਸ ਤਰ੍ਹਾਂ ਬਾਰੀ ਚ ਬਾਰੀਆਂ ਵੀ ਅੰਦਰੋਂ ਬੰਦ ਸਨ ਮੈਂ ਰੋਜ਼ ਬਾਰੀਆਂ ਬੰਦ ਕਰਕੇ ਸੌਂਦੀ ਆ ਤੇ ਉਹਦੇ ਕਮਰੇ 'ਚ ਕੋਈ ਬਾਰੀ ਨਹੀਂ ਇੱਕ ਬਾਰੀ ਏ ਉਹ ਵੀ ਅੰਦਰੋਂ ਬੰਦ ਸੀ ਨਹੀਂ ਬੀਬੀ ਉਹ ਬਾਰੀ ਖੋਲ ਕੇ ਸੌਂਦੀ ਸੀ ਤੇ ਉਹਦੇ ਜੇਵਰ ਕਿੰਨੇ ਕਿ ਸੀ ਥੋੜੇ ਜੇ ਉਹ ਸਾਰੇ ਨਾਲ ਲੈ ਗਈਏ ਨਹੀਂ ਸਾਰੇ ਅਲਮਾਰੀ 'ਚ ਪਏ ਨੇ ਕੱਪੜੇ ਕਿੰਨੇ ਲੈ ਗਈ ਸਾਰੇ ਅਲਮਾਰੀ 'ਚ ਪਏ ਨੇ ਫਿਰ ਉਹ ਨਾਲ ਕੀ ਲੈ ਗਈ ਕੁਛ ਨਹੀਂ ਤੇਰਾ ਕੀ ਖਿਆਲ ਏ ਉਹ ਆਪਣੀ ਮਰਜ਼ੀ ਨਾਲ ਕਿਤੇ ਗਈ ਏ ਨਹੀਂ ਇਹ ਤੈਨੂੰ ਕਿਸ ਤਰ੍ਹਾਂ ਪਤਾ ਹੈ ਬੀਬੀ ਮਰਜ਼ੀ ਨਾਲ ਕਿਤੇ ਜਾਂਦੀ ਤੇ ਮੈਨੂੰ ਨਾਲ ਲੈ ਜਾਂਦੀ ਪਰ ਉਹ ਤੇਰੇ ਲਈ ਜੀਵਰ ਕਪੜੇ ਸਭ ਕੁਝ ਛੱਡ ਗਈ ਏ ਮੈਨੂੰ ਕੁਝ ਨਹੀਂ ਚਾਹੀਦਾ ਸਿਰ ਬੀਬੀ ਚਾਹੀਦੀ ਏ ਸਵਾਲ ਬੰਕੀ ਦੇ ਚੌਣ ਦਾ ਨਹੀਂ ਸੀ ਪੁੱਛ ਗਿਛਦਾ ਸੀ ਉਹ ਖਤਮ ਹੋ ਗਈ ਕਬਾਂਕੀ ਨੇ ਡਾਲ ਜੀ ਮੰਜੀ ਉੱਤੇ ਪੈ ਗਈ ਧੰਨਵਾਦ